ਸਸ੍ਰੀਕਾਲ ਜੀ ਮੈਂ ਹਜੋਤ ਕੋ ਤੇ ਲੈ ਕੇ ਹਾਜ਼ਰ ਆ ਜੀ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਨਿਰਪੱਖ ਟਾਕ ਵਿਦ ਪ੍ਰੋਫੈਸਰ ਮਨਜੀਤ ਸਿੰਘ ਖਬਰਾਂ ਦੀ ਅਸਲੀ ਖਬਰ ਲੈ ਕੇ ਅਸੀਂ ਹਾਜ਼ਰ ਆ ਤੇ ਦਿੱਲੀ ਦੇ ਵਿੱਚ ਜੋ ਕੇਜਰੀਵਾਲ ਸਰਕਾਰ ਨੇ ਹੈਟ੍ਰਿਕ ਬਣਾ ਲਈ ਹੈ ਲਗਾਤਾਰ ਤੀਜੀ ਵਾਰ ਦਿੱਲੀ ਦੇ ਵਿੱਚ ਆਪ ਦੀ ਸਰਕਾਰ ਕੇਜਰੀਵਾਲ ਦੀ ਸਰਕਾਰ ਤੇ ਜਿਸ ਤੋਂ ਜ਼ਾਹਿਰ ਹੈ ਕਿ ਦਿੱਲੀ ਦੇ ਲੋਕਾਂ ਨੇ ਦਿਲ ਨਾਲ ਹੀ ਨਹੀਂ ਦਿਮਾਗ ਦੇ ਨਾਲ ਵੀ ਕੰਮ ਲਿਆ ਹੈ ਤੇ ਨਾਲ ਦੀ ਨਾਲ ਜੋ ਵਿਕਾਸ ਦੇ ਮੁੱਦੇ ਨੇ ਉਹਨਾਂ ਦੇ ਉੱਪਰ ਆਪਣੀ ਕੀਮਤੀ ਵੋਟ ਪਾ ਕੇ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਕੇਜਰੀਵਾਲ ਸਰਕਾਰ ਨੂੰ ਲੈ ਕੇ ਆਏ ਨੇ ਜਿਸ ਉੱਪਰ ਹੋਰ ਆਪਾਂ ਵਿਸ਼ਲੇਸ਼ਣ ਕਰਾਂਗੇ ਕਰਾਂਗੇ ਤੇ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਮੌਜੂਦ ਹਨ ਪ੍ਰੋਫੈਸਰ ਮਨਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਸਰ ਏ ਧੰਨਵਾਦ ਜੀ ਹਰਜੋਤ ਜੀ ਜੀ ਹਾਂ ਇਹ ਕੱਲੀ ਗੱਲ ਹੈ ਜਿਹੜੀ ਹੈ ਨਾ ਵਿਕਾਸ ਦੀ ਵੋਟ ਨਹੀਂ ਪਈ ਉਹ ਇੱਕ ਪਲਆਏ ਹੈ ਉਹ ਇੱਕ ਸਾਹਮਣੇ ਜਿਹੜਾ ਸਾਰਿਆਂ ਨੂੰ ਫੱਟਾ ਦਿਖਾਇਆ ਗਿਆ ਕਿ ਆਹ ਦੇਖੋ ਸਕੂਲ ਕਾਲਜ ਬਿਜਲੀ ਪਾਣੀ ਇਹ ਇੱਕ ਦਿਖਾਇਆ ਗਿਆ ਪਰ ਜਿਹੜੀ ਉਹਦੇ ਪਿੱਛੇ ਤਿਆਰੀ ਹੁੰਦੀ ਹੈ ਉਹ ਬੜੀ ਲਾਰਜਰ ਸਕੇਲ ਦੀ ਹੁੰਦੀ ਹੈ ਹੈਨਾ ਇਹ ਤੇ ਇੱਕ ਛਣਛਣਾ ਜਿਹਨੂੰ ਢੋਲ ਵਜਾਇਆ ਜੇ ਇਹ ਤਾਲ ਆ ਜਿਹੜਾ ਵਿਕਾਸ ਦਾ ਤਾਲ ਸੀਗਾ ਪਿੱਛੇ ਹੁਣ ਦੇਖੋ ਕਿ ਇੱਕ ਜਿਹੜੀ ਇਹਨਾਂ ਨੇ ਬੀਜੇਪੀ ਨੇ ਜਿਹੜੀ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਸਭ ਤੋਂ ਵੱਡੀ ਜਿਹੜੀ ਜਿੱਤੇ ਤੇ ਸ਼ਾਇਦ ਵੈਸੇ ਵੀ ਹੁੰਦੀ ਪਰ ਜਿਹੜੀ ਵੱਡੀ ਕੰਟ੍ਰਿਬਿਊਸ਼ਨ ਆ ਉਹ ਬੀਜੇਪੀ ਦੀ ਕਿਵੇਂ ਦੋ ਵੱਡੀਆਂ ਉੱਥੇ ਘੱਟ ਗਿਣਤੀਆਂ ਹੈਗੀਆਂ ਮੁਸਲਮਾਨ ਤੇ ਸਿੱਖ ਦੋਵਾਂ ਨੂੰ ਹੀ ਤੋੜਿਆ ਤੇ ਇਹਦੇ ਪਿੱਛੇ ਲਾਇਆ ਇਹ ਕੋ ਛੋਟੀ ਗੱਲ ਨਹੀਂ ਹੈਗੀ ਫਾਰ ਇਨਸਟੈਂਸ ਕਿ ਮੁਸਲਮਾਨਾ ਨਾ ਤੇ ਸ਼ਹੀਨ ਬਾਗ ਦਾ ਉਹਨਾਂ ਦਾ ਪੱਕਾ ਅੱਡਾ ਸੀ ਉਹਨੂੰ ਤੇ ਉਹ ਤੱਤੇ ਚਿਮਟੇ ਨਾਲ ਨਹੀਂ ਸੀ ਸੋਣਾ ਚਾਹੁੰਦੇ ਰਾਦਰ ਦੋਜ ਗਾਲਾਂ ਕੱਢਦੇ ਸੀ ਤੇ ਗੋਲੀ ਮਾਰਨ ਦੀਆਂ ਗੱਲਾਂ ਕਰਦੇ ਸੀ ਕਦੀ ਕਰੰਟ ਲਾਉਣ ਦੀਆਂ ਅਮਿਤ ਸ਼ਾਹ ਹਣੀ ਕਹਿੰਦੇ ਸੀ ਵੀ ਇਹਨਾਂ ਨੂੰ ਕਰੰਟ ਲਾਓ ਸ਼ਹੀਨ ਬਾਗ ਦਾ ਉਹ ਉਲਟਾ ਲੱਗ ਗਿਆ ਕਿ ਕੱਲ ਕੋਈ ਕਾਰਟੂਨ ਦਿਖਾ ਰਿਆ ਸੀ ਕਿ ਸ਼ਹੀਨ ਉਹਨੂੰ ਕਰੰਟ ਲੱਗਾ ਹੋਇਆ ਫੋਟੋ ਦਿਖਾ ਕੇ ਤੇ ਉਹਦੇ ਵਾਲ ਖੜੇ ਪੂਰੇ ਉੱਪਰ ਨੂੰ ਅਮਿਤ ਸ਼ਾਹ ਦੇ ਤੇ ਉਹ ਕਾਫੀ ਸਰਕੂਲੇਟ ਹੋ ਰਹੀ ਸੀ ਉਹਨਾਂ ਦਾ ਕੈਰੀਕੇਚਰ ਇਸ ਤਰੀਕੇ ਨਾਲ ਇਹ ਤੇ ਉਲਟਾ ਪੈ ਗਿਆ ਦੇਖੋ ਦੂਜਾ ਜਿਹੜਾ ਸਿੱਖਾਂ ਨੂੰ ਅਕਾਲੀਆਂ ਨੂੰ ਇਹਨਾਂ ਨੇ ਪਰਾਂ ਸੁੱਟਿਆ ਹਰਿਆਣੇ 'ਚ ਸੁੱਟਿਆ ਜਾਨੀ ਪੁੱਤਰ ਇੰਨੇ ਗਏ ਸੀਗੇ ਕਿ ਕਮੰਡ ਦਾ ਇੰਨਾ ਇੰਨਾ ਦਾ ਸਿਰ ਫਿਰ ਗਿਆ ਸੀ ਭਾਜਪੀ ਦਾ ਉਹ ਹੁਣ ਥੋੜਾ ਜਿਹਾ ਨਸ਼ਾ ਜਿਹੜਾ ਸੱਤਾ ਦਾ ਥੱਲੇ ਆ ਜਾਊਗਾ ਇਹਦੇ ਨਾਲ ਕਾਫੀ ਝਟਕਾ ਲੱਗਾ ਜੇ ਜੇ ਆਉਣਾ ਚਾਹਣ ਤੇ ਜੇ ਇਹਨਾਂ ਨੇ ਮਤਲਬ ਬਿਲਕੁਲ ਅਜੇ ਵੀ ਉਸੇ ਗੇਟ 'ਚ ਰਹਿਣਾ ਤੇ ਉਹ ਉਹਨਾਂ ਦਾ ਦੇ ਉਹ ਸਗਦਾ ਕਿ ਕਿ ਮੈਨੂੰ ਇਸ ਗੱਲ ਦਾ ਥੋੜਾ ਸ਼ੰਕਾ ਹੈ ਇਸ ਗੱਲ ਤੋਂ ਲੱਗਦਾ ਕਿ ਮਹਿਰੋਲੀ ਵਾਲਾ ਐਮ ਐਲ ਏ ਹੈ ਨਾ ਜਿਹੜਾ ਆਮ ਆਦਮੀ ਪਾਰਟੀ ਦਾ ਜਿੱਤਿਆ ਤੇ ਉਹਨੂੰ ਹਮਲਾ ਕੀਤਾ ਗਿਆ ਜਿਹੜਾ ਹਾਂ ਉਹਦੇ ਤੇ ਨਰੀਸ਼ ਕੇ ਕੀ ਨਾਮ ਉਹਨਾਂ ਦਾ ਹੈਗਾ ਜੀ 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 ਹਾਂ ਉਹਦੇ ਤੇ ਗੋਲੀ ਚਲਾਈ ਪਰ ਉਹ ਉਹਨੂੰ ਨਹੀਂ ਲੱਗੀ ਹੈਗੀ ਤੇ ਇੱਕ ਕੋਈ ਹੋਰ ਉਹਨਾਂ ਦਾ ਵਰਕਰ ਮਾਰਿਆ ਗਿਆ ਇੱਕ ਜ਼ਖਮੀ ਹੋਇਆ ਇਹਦਾ ਮਤਲਬ ਕਿਤੇ ਨਾ ਕਿਤੇ ਅਜੀਬ ਹੀ ਉਸ ਕਿਸਮ ਦਾ ਗੁੱਸਾ ਕਹ ਲੋ ਰਿਐਕਸ਼ਨ ਕਰ ਰਿਹਾ ਤੇ ਗੋਲੀ ਮਾਰੋ ਪੋਲਿਟਿਕਸ ਅਜੇ ਖਤਮ ਨਹੀਂ ਹੋਈ ਮੈਂ ਨਹੀਂ ਕਹਿ ਰਿਹਾ ਬੀ ਜੀ ਪੀ ਨੇ ਕੀਤੀ ਹੋਊਗੀ ਪਰ ਉਸ ਦੇ ਮਾਹੌਲ ਦੇ ਵਿੱਚ ਕਿਸੇ ਨੇ ਵੀ ਕੀਤੀ ਉਹ ਉਹ ਇੱਕ ਛੋਟੀ ਗੱਲ ਨਹੀਂ ਹੈਗੀ ਇਸ ਕਰਕੇ ਜਿਹੜੀ ਇਹ ਏਡੀ ਵੱਡੀ ਲੈਂਡਸਲਾਈਡ ਵਿਕਟਰੀ ਹੈਗੀ ਉਹ ਬਹੁਤ ਹੀ ਰਿਫਾਈਂਡ ਕਿਸਮਤੀ ਏ ਰਾਜਨੀਤੀ ਦੀ ਪਲੈਨਿੰਗ ਕੇਜਰੀਵਾਲ ਵੱਲੋਂ ਜਿਹਦੇ ਸਿੱਟੇ ਹੈਗੇ ਜੀ 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 ਠੀਕ ਹੈ ਜਿੱਥੇ ਤੋਂ ਪਈ ਯਕੀਨੀ ਹਾਂ ਉਹ ਤਾਂ ਪਹਿਲਾਂ ਹੀ ਲੱਗ ਰਿਹਾ ਸੀਗਾ ਕਾਫੀ ਹੱਦ ਤੱਕ ਆਪਾਂ ਮਮਕਨ ਹੀ ਮੰਨ ਰਹੇ ਸੀ ਕਿ ਜੋ ਲੋਕਾਂ ਦੇ ਰਿਵਿਊ ਆ ਰਹੇ ਸੀ ਜਾਣਨ ਨੂੰ ਮਿਲ ਰਿਹਾ ਸੀ ਦਿੱਲੀ ਦੇ ਲੋਕਾਂ ਤੋਂ ਉਹਨਾਂ ਤਾਂ ਸਾਫ਼ ਜ਼ਾਹਿਰ ਲੱਗ ਰਿਹਾ ਸੀ ਕਿ ਕਿਤੇ ਨਾ ਕਿਤੇ ਦਿੱਲੀ ਵਿੱਚ ਹੁਣ ਕੇਜਰੀਵਾਲ ਸਰਕਾਰ ਹੀ ਆਏਗੀ ਪਰ ਵੱਡੀ ਗੱਲ ਹੈ ਕਿ ਫਿਰ ਤੋਂ ਵੱਡੇ ਮਾਰਜਨ ਦੇ ਉੱਪਰ ਆਣਾ ਬਿਲਕੁਲ ਔਰ ਭਾਜਪਾ ਜਿਸਨੇ ਕਿ ਬਹੁਤ ਐਫਰਟਸ ਕੀਤੀਆਂ ਆਪਣਾ ਪੂਰਾ ਦਮ ਲਗਾ ਦਿੱਤਾ ਕੋਈ ਮੁੱਦਾ ਨਹੀਂ ਛੱਡਿਆ ਆਪਣੇ ਵੱਲੋਂ ਜਿਸ ਦੇ ਉੱਪਰ ਵੋਟਾਂ ਖਿੱਚ ਸਕਣ ਬਾਵਜੂਦ ਇਹਦੇ ਉਹਨਾਂ ਕੋਲ ਸਿਰਫ ਔਰ ਸਿਰਫ 8 ਸੀਟਾਂ ਹੀ ਆਈਆਂ ਹਾਂ ਇਹ ਨਹੀਂ ਇਹ ਇਹ ਬੜੀ ਵੱਡੀ ਗੱਲ ਹੈ ਨਾ ਮੈਨੂੰ ਲੱਗਦਾ ਸੀਗਾ ਕਿ ਐਤ ਕੀ ਵੋਟਾਂ ਦੇ ਜਰੂਰ ਘਟਣਗੀਆਂ ਕਿਉਂਕਿ ਜਿਹੜੀਆਂ ਪਿਛਲੀ ਵਾਰੀ ਵੋਟਾਂ ਪਈਆਂ ਸੀ ਉਹ ਇੱਕ ਬੜੀ ਹਨੇਰੀ ਚ ਪਈਆਂ ਸੀ ਜੀ 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 67 ਜਦੋਂ ਜਿੱਤੇ ਸੀ ਜੀ पर हैरानी दी ਗੱਲ ਇਹ ਹੈ ਕਿ ਵੋਟਾਂ ਵੀ ਰੀਟੇਨ ਕੀਤੀਆਂ ਹਨ तकरीबन ਅੱਧਾ ਕੁ ਪਰਸੈਂਟ ਜਾਨੀ ਇੰਨੀ ਕੀ ਵੱਧ-ਤਵੱਦ ਵੋਟ ਕੱਢੀ ਹੋਣੀ ਆ ਬਾਕੀ ਵੀ ਜਿਹੜੀਆਂ ਵੋਟਾਂ ਉਹਨਾਂ ਨੇ ਸਾਰੀਆਂ ਆਪਣੇ ਕੋਲ ਜਿਹੜੀਆਂ ਰੀਟੇਨ ਕਰਕੇ ਪਰਸੈਂਟੇਜ ਓਵਰਆਲ ਚ 53 ਜਾਂ ਜਿੰਨੀ ਵੀ ਹੈਗੀ ਉਹਨਾਂ ਦੀ ਉਹ ਛੋਟੀ ਗੱਲ ਨਹੀਂ ਹੈਗੀ ਇਸੇ ਤਰੀਕੇ ਦੇ ਨਾਲ ਬੀਜੇਪੀ ਦੀ ਵੀ ਇੰਨਾ ਇਹ ਵੀ ਥੋੜੀ ਜੀ ਹੈਰਾਨੀ ਦੀ ਗੱਲ ਤੁਸੀਂ ਕਹੋ ਕਿ ਬੀਜੇਪੀ 6 6.5% ਵੋਟ ਵਧਾ ਗਈ ਹੈ ਇਹਦਾ ਮਤਲਬ ਇਹ ਹੈ ਕਿ ਜਿਆਦਾ ਤੇ ਜਿਆਦਾ ਜਿਹੜਾ ਖੁੱਲੀ ਖੇਲ ਜਾਨੀ ਖੁੱਲਾ ਮੰਦਿਆਂ ਨੂੰ ਲੱਗਦਾ ਕਿ ਕਾਂਗਰਸ ਨੇ ਘਰ ਘਰ ਜਾ ਕੇ ਕਾਂਗਰਸ ਨੂੰ ਵੋਟ ਪਾਉਣ ਦੀ ਜਗ੍ਹਾ ਇਹ ਕਿਹਾ ਹੈ ਤਾਂ ਕਿ ਆਪ ਨੂੰ ਪਾਓ ਆ ਜਾਂ ਮਰਜ਼ੀ ਦੇਖ ਲਓ ਜਿਨ੍ਹਾਂ ਨੇ ਕਿਸੇ ਨੇ ਕਿਹਾ ਕਿ ਨਹੀਂ ਆਪ ਨੂੰ ਨਹੀਂ ਪਾਉਣੀ ਫਿਰ ਮਰਜ਼ੀ ਦੇ ਕਹਤਾ ਬੀਜੇਪੀ ਨੂੰ ਤੇ ਪਾਉਣ ਲਈ ਨਹੀਂ ਕਿਹਾ ਹੋਊਗਾ ਇਸ ਕਰਕੇ ਜੇ ਉਹ ਜੇ ਸਭ ਤੋਂ ਥੱਲੇ ਵੋਟ ਗਈ ਹੈ ਕਦੀ ਵੀ ਇਤਿਹਾਸ ਦੇ ਵਿੱਚ ਇੰਨੀ ਘੱਟ ਵੋਟ ਕਾਂਗਰਸ ਨੂੰ ਕਿਸੇ ਸੂਬੇ ਚ ਵੀ ਨਹੀਂ ਪਈ ਹੋਗੀ ਇਹਦਾ ਜਿਹੜੀ ਇਹ ਸਾਰੀ ਸਗੀ ਤਿੰਜ ਨੇ ਪਲੈਨਿੰਗ ਕੀਤੀ ਇਸ ਕਰਕੇ ਮੇਰਾ ਇਹ ਕਹਿਣਾ ਕਿ ਉਹ ਬਹੁਤ ਹੀ ਵੈਲ ਪਲਾਨਡ ਹੋ ਗਿਆ ਤੇ ਜਿਹਦੇ ਕਰਕੇ ਕਾਂਗਰਸ ਦਾ ਜਿਹੜਾ ਜਿੱਥੇ ਆਪਾਂ ਗੱਲ ਕਰ ਰਹੇ ਸੀ ਕਾਂਗਰਸ ਨੇ ਜਿਹੜਾ ਆਪਣੇ ਬਿਲਕੁਲ ਹਥਿਆਰ ਸੁੱਟ ਤੇ ਹੁਣ ਇਹ ਸਾਰੀ ਚੀਜ਼ ਚੋਂ ਕੁੱਲ ਮਿਲਾ ਕੇ ਦੇਖੋ ਵਰਕਰਾਂ ਦੀ ਇਹਨਾਂ ਨੂੰ ਵੋਟਾਂ ਪਈਆਂ 12 ਦੀਆਂ 12 ਜਿਹੜੀਆਂ ਰਿਜ਼ਰਵ ਸੀਟਾਂ ਕਿਹੜੇ ਚੁੱਗੀ ਚੌਂਪੜੀ ਹੋਰ ਉਹਨਾਂ ਸਾਰਿਆਂ ਨੇ ਵੱਡੇ ਪੱਧਰ ਤੇ ਵੋਟਾਂ ਪਈਆਂ 12 ਦੀਆਂ 12 ਰਿਜ਼ਰਵ ਸੀਟਾਂ ਵੀ ਇਹ ਜਿੱਤ ਗਏ ਆ ਇਹਦਾ ਮਤਲਬ ਹੈ ਕਿ ਜਿਹੜੀ ਗਰੀਬ ਗੁਰਬੇ ਦੀ ਵੋਟ ਸੀ ਜਨਤਾ ਜਨਰਲ ਦੀ ਵੋਟ ਉਹ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਨੂੰ ਪਈਆ ਉਹਨਾਂ ਨੇ ਇਸ ਗੱਲ ਨੂੰ ਤੇ ਅਪਣਾ ਲਿਆ ਕਿ ਸਾਡੀ ਜੇ ਕੋਈ ਮਾੜਾ ਮੋਟਾ ਕਰਦੀ ਆ ਤਾਂ ਇਹ ਕੇਜਰੀਵਾਲ ਦੀ ਪਾਰਟੀ ਹੀ ਸਾਡਾ ਸੁਣਾਈ ਹੁੰਦੀ ਹੈ ਜੀ ਜੀ ਬਿਲਕੁਲ ਇੱਥੇ ਮੈਂ ਤੁਹਾਨੂੰ ਰੋਕਣਾ ਚਾਹੂੰਗੀ ਤੇ ਜ਼ਰੂਰ ਆਪਾਂ ਕਾਂਗਰਸ ਦੇ ਬਾਰੇ ਵੀ ਗੱਲ ਕਰਨੀ ਬਹੁਤ ਜ਼ਰੂਰੀ ਬਣਦੀ ਹੈ ਜਿੱਥੇ ਸ਼ੀਲਾ ਅਦਿਖਸ਼ਿਤ ਦੇ ਵੇਲੇ ਵਿੱਚ ਉਹਨਾਂ ਦੀ ਗਵਾਈ ਵਿੱਚ ਕਾਂਗਰਸ ਨੇ 15 ਸਾਲ ਲਗਾਤਾਰ ਉਥੇ ਸਰਕਾਰ ਰਹੀ ਤੇ ਹੁਣ ਕੀ ਇੱਕਦਮ ਅਜਿਹਾ ਹੋ ਗਿਆ ਕਿ ਕਿ ਦਿੱਲੀ ਵਾਲਿਆਂ ਨੂੰ ਜੋ ਕਾਂਗਰਸ ਵੱਲੋਂ ਕੋਈ ਚਿਹਰਾ ਨਹੀਂ ਪਸੰਦ ਆ ਰਿਹਾ ਕੰਮ ਨਹੀਂ ਆ ਉਹਨਾਂ ਦੀ ਜੋ ਰਣਨੀਤੀ ਹੈ ਸਿਆਸਤ ਕਰਨ ਦਾ ਤਰੀਕਾ ਉਹ ਨਹੀਂ ਪਸੰਦ ਆ ਰਿਹਾ ਜਾਂ ਭਾਜਪਾ ਔਰ ਕਾਂਗਰਸ ਆਕ ਚੁੱਕੇ ਪਰ ਫਿਰ ਵੀ ਸਿਰਫ ਜ਼ੀਰੋ ਮਤਲਬ ਕੋਈ ਵੀ ਸਿੰਗਲ ਸੀਟ ਨਾ ਕਾਂ ਪਿਛਲੀ ਵਾਰ ਵੀ ਇਹੀ ਹੋਇਆ ਤੇ ਇਸ ਵਾਰ ਵੀ ਇਹੀ ਕੁਝ ਤਾਂ ਹਾਸਲ ਕਰ ਸਕਦੇ ਸੀ ਉਹਨਾਂ ਕੋਲ ਗੁੰਜਾਇਸ਼ ਸੀ ਸਮਾਂ ਸੀ ਕਿ ਕੁਝ ਤਾਂ ਉਹ ਕਰ ਸਕਦੇ ਸੀ ਇਹ ਨਾ ਮੈਨੂੰ ਇੰਜ ਲੱਗਦਾ ਕਿ ਕਾਂਗਰਸ ਕਾਫੀ ਹੱਦ ਤੱਕ ਸਮਾਂ ਵਿਹਾ ਚੁੱਕੀ ਹੈ ਜਿਸ ਤਰ੍ਹਾਂ ਹੁੰਦਾ ਨਾ ਕਿ ਕੋਈ ਬਹੁਤ ਹੀ ਪੁਰਾਣਾ ਬੋੜ ਆ ਫਿਰ ਹੌਲੀ ਹੌਲੀ ਸੁੱਕਦਾ 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 ਸੋਖੀ ਜਾਂਦਾ ਫਿਰ ਉਹਨੂੰ ਤੁਸੀਂ ਰੋਕਣਾ ਮੁਸ਼ਕਲ ਹੋ ਜਾਂਦਾ ਕਾਂਗਰਸ ਵਾਲ ਵਾਲਾ ਵੀ ਇਹੀ ਹਾਲ ਹੋਇਆ ਕਿ ਜੇ ਤੇ ਇਹ ਵੇਲੇ ਸਿਰ ਸਾਹਮਦੇ ਸੂਮ ਦੇ ਉਹਦੀ ਪਲੈਨਿੰਗ ਕਰਦੇ ਕਿ ਜਿਸ ਤਰ੍ਹਾਂ ਪੁਰਾਣੀ ਲੀਡਰਸ਼ਿਪ ਹੋਣਿਆ ਉਹ ਬੁੱਢੀ ਹੋ ਗਈ ਆ ਉਹਦੇ ਚ ਜਿਹੜੇ ਸਿਆਣੇ ਬੰਦੇ ਨਾਲ ਰੱਖ ਕੇ ਨਵੀਂ ਲੀਡਰਸ਼ਿਪ ਨਵੇਂ ਬੰਦੇ ਨਵੀਂ ਕਿਸਮ ਦੀ ਉਹ ਇੱਕ ਪਲੈਨਿੰਗ ਹੁੰਦੀ ਵਿਜਨਰੀ ਬਿਲਕੁਲ ਇਹਨਾਂ ਤੁਸੀਂ ਇੱਕ ਚੀਜ਼ ਨੋਟ ਨਹੀਂ ਕੀਤੀ ਹਣੀ ਕਿ ਜਿਹੜੀ ਇੱਕ ਆਮ ਆਦਮੀ ਪਾਰਟੀ ਦੀ ਸਾਰੀ ਪਾਰਟੀ ਕੇਜਰੀਵਾਲ ਤੋਂ ਲੈ ਕੇ ਥੱਲੇ ਤੱਕ ਬਹੁਤ ਹੀ ਯੰਗ ਲੋਕ ਹੈਗੇ ਬਿਲਕੁਲ ਬਿਲਕੁਲ ਉਹ ਇੱਕ ਅੱਜ ਦੇ ਸਮੇਂ ਦੇ ਹਾਣੀ ਅੱਜ ਦੀ ਭਾਸ਼ਾ ਨੂੰ ਸਮਝਦੇ ਅੱਜ ਦੀ ਟੈਕਨੋਲੋਜੀ ਨੂੰ ਸਮਝਦੇ ਅੱਜ ਦੇ ਵੇਅ ਆਫ ਕੰਪੀਟਿੰਗ ਸਾਰੀ ਜਿਹੜੀਆਂ ਚਲਾਕੀਆਂ ਅੱਜ ਕੱਲ ਸੋਸ਼ਲ ਮੀਡੀਆ ਤੇ ਚਲਦੀਆਂ ਸਾਰੀਆਂ ਚ ਪਰਪੱਕ ਹੈਗੇ ਆ ਇਸ ਕਰਕੇ ਉਹ ਚੀਜ਼ਾਂ ਨੂੰ ਮਾਰਜਨ ਕਰ ਜਾਂਦੇ ਇਹ ਬੰਦੇ ਪੁਰਾਣੇ ਫਰੇਮਾਂ ਚ ਜਿਹੜੇ ਢਲੇ ਹੋਏ ਆ ਜਾ ਕੇ ਮਿਲਣਾ ਫੋਨ ਨਹੀਂ ਕਰਨਾ ਜੋ ਪੁਰਾਣੇ ਰਣਨੀਤੀ ਦੇ ਟਾਂਗੇ ਉਹ ਹੀ ਅਪਣਾਉਂਦੇ ਆ ਰਹੇ ਉਹਦੇ ਕਰਕੇ ਉਹ ਹੁਣ ਆਊਟਡੇਟਡ ਆਊਟ ਮੋਡਰਡ ਹੋ ਗਏ ਤੇ ਉਸ ਉਹ ਸਾਰੇ ਕੰਮ ਕਰਨ ਦੇ ਤਰੀਕੇ ਵੀ ਆਊਟ ਮੋਡਰਡ ਹੋ ਗਏ ਮਿੰਨੂ ਲੱਗਦਾ ਹੈ ਕਿ ਜੇ ਕਾਂਗਰਸ ਦੇ ਅੰਦਰ ਕੋਈ ਵੱਡਾ ਹੀ ਇਨਕਲਾਬ ਨਹੀਂ ਆਉਂਦਾ ਤੇ ਕਾਂਗਰਸ ਦਾ ਦੁਬਾਰਾ ਆਲ ਇੰਡੀਆ ਵੱਡੀ ਪਾਰਟੀ ਜਿਵੇਂ ਪਹਿਲਾਂ ਇੱਕ ਵੱਡੀ ਪਾਰਟੀ ਹੁੰਦੀ ਸੀ ਆਟੋਮੈਟਿਕਲੀ ਲੋਕ ਇਹਨਾਂ ਨੂੰ ਵੋਟਾਂ ਪਾ ਦਿੰਦੇ ਸੀ ਉਹ ਨਾ ਰਹਿ ਕੇ ਇਹ ਸਕੇਟਰ ਹੋਊਗੀ ਜਿਸ ਤਰ੍ਹਾਂ ਕੁਛਦੇ ਇਸ ਕਾਟਰ ਪਹਿਲਾਂ ਹੈ ਹੀ ਹੈ ਭਈ ਜਿਹੜੀ ਤ੍ਰਿਨਾਮੂਲ ਕਾਂਗਰਸ ਹੈ ਉਹ ਇੰਨਾ ਚ ਹੀ ਗਈ ਬੜਾ ਚਿਰ ਹੈ ਨਾ ਮਮਤਾ ਨੇ ਇਹਨਾਂ ਦੇ ਨਾਲ ਹੀ ਕੰਮ ਕੀਤਾ ਫਿਰ ਸ਼ਰਦ ਪੁਵਾਰ ਉਹ ਇੰਨਾ ਚ ਹੀ ਗਿਆ ਬੜਾ ਦੇਰ ਇਹਨਾਂ ਦੇ ਨਾਲ ਹੀ ਕੰਮ ਕੀਤਾ ਤੇ ਉਹ ਜਿਹੜਾ ਜਿਹੜੇ ਡਾਣੇ ਆ ਜਿੱਥੇ-ਜਿੱਥੇ ਜ਼ਮੀਨ ਚ ਜਿਹੜੀ ਧਰਤੀ ਚ ਲੱਗਣੀ ਸੀ ਉਹ ਲੱਗ ਕੇ ਇਹਨਾਂ ਨਾਲੋਂ ਟੁੱਟ ਗਏ ਆ ਹੈ ਨਾ ਉਹਨੇ ਕਿਤੇ ਉਹ ਦਰਖਤ ਜਿੱਥੇ-ਜਿੱਥੇ ਉਹਦੀ ਹਵਾਈ ਜੜ ਲੱਗ ਗਈ ਉਹਨੇ ਆਪਣਾ ਠੀਆ ਠੱਪਾ ਜਿਹਾ ਬਣਾ ਲਿਆ ਇਹ ਵੀ ਵੱਡੇ ਪੱਦਰ ਤੇ ਬੇਸ ਇਹਦਾ ਜਹਾਂ ਤੇ ਕੁਛ ਬੀਜਪੀ ਵੱਲ ਚਲਾ ਗਿਆ ਤੇ ਜਾਂ ਆਮ ਆਦਮੀ ਪਾਰਟੀ ਨੇ ਵੱਡੇ ਪੱਧਰ ਤੇ ਇਹਦਾ 베ਸ ਨੂੰ ਖੋਰਾ ਲਾ ਦਿੱਤਾ ਹੈ ਦਿੱਲੀ ਦੇ ਵਿੱਚ ਵੀ ਹੁਣ ਇਸ ਕਰਕੇ ਦਿੱਲੀ ਚ ਇਹਨਾਂ ਦਾ ਰਿਵਾਈਵ ਹੋਣਾ ਮੈਨੂੰ ਹੋਰ ਵੀ ਮੁਸ਼ਕਲ ਲੱਗਦਾ ਕਿਉਂਕਿ ਆਮ ਆਦਮੀ ਪਾਰਟੀ ਇੱਕ ਰੀਜਨਲ ਪਾਰਟੀ ਦੇ ਤੌਰ ਤੇ ਸਟਰੋਂਗ ਰੀਜਨਲ ਪਾਰਟੀ ਦੇ ਤੌਰ ਤੇ ਦਿੱਲੀ ਵਰਗੇ ਕੈਰੇਕਟਰ ਜਾਂ ਸ਼ਹਿਰ ਦੇ ਵਿੱਚ ਉਹ ਫਿੱਟ ਆ ਗਈ ਆ ਤੇ ਉਹਦੀ ਅਪੋਜੀਸ਼ਨ ਬੀਜੇਪੀ ਦਾ ਵੀ ਬੜਾ ਤਕੜਾ ਪ੍ਰਾਣਾ ਆਧਾਰ ਉਥੇ ਆਗਾ ਅਜੇ ਵੀ ਐਮਸੀਡੀ ਜਿਹੜੀ ਆ ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਆ ਉਹਦੇ ਚ ਉਹਨਾਂ ਦਾ ਤਕੜਾ ਕੰਟਰੋਲ ਆ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਵੋਟਾਂ ਪੈਂਦੀਆਂ ਇਤਕੀ ਵੀ ਜਿਹੜੀਆਂ 36% ਵੋਟਾਂ ਪਈਆਂ ਥੋੜੀਆਂ ਵੋਟਾਂ ਨਹੀਂ ਕਾਫੀ ਵੋਟਾਂ ਪਈਆਂ ਉਹ ਰਾਊਟ ਨਹੀਂ ਹੈਗੇ ਜੇ ਰਾਊਡ ਹੋਇਆ ਤੇ ਉਹ ਕਾਂਗਰਸ ਦਾ ਹੋਇਆ ਆ ਹੁਣੇ ਹੀ ਬਾਜਵਾ ਦਾ ਵੀ ਬਿਆਨ ਆਇਆ ਸੀਗਾ ਪ੍ਰਤਾਪ ਸਿੰਘ ਬਾਜਵਾ ਦਾ ਪਈ ਇਹ ਤਾਂ ਸੋਚਣਾ ਹੀ ਪਊਏ ਤੇ ਜਿਆਦਾ ਹੀ ਕੁਝ ਹੋ ਗਿਆ ਜੇ ਅਸੀਂ ਰੈਡੀਕਲੀ ਆਪਣੇ ਆਪ ਨੂੰ ਨਹੀਂ ਸੋਚਦੇ ਤਾਂ ਫਿਰ ਸਾਡੇ ਲਈ ਕੋਈ ਜਗ੍ਹਾ ਮੁਸ਼ਕਲ ਹੋ ਜੂਗੀ ਇਹ ਤੁਹਾਨੂੰ ਯਾਦ ਹੋਣਾ ਹੈ ਕਿ ਜੇ ਆਮ ਇਹਦੀ ਕਾਂਗਰਸ ਦੀ ਪਾਰਟੀ ਦੀ ਜਿਹੜੀ ਪੰਜਾਬ ਦੀ ਜਿੱਤ ਨੂੰ ਵੀ ਉਹ ਜ਼ਿਆਦਾ ਕੈਪਟਨ ਅਮਰਿੰਦਰ ਨੂੰ ਐਟਰੀਬਿਊਟ ਕੀਤਾ ਜਾਂਦਾ ਕਿ ਉਹਨਾਂ ਕਰਕੇ ਜਿੱਤੀ ਹੈ ਵੀ ਜਿਵੇਂ ਇਹ ਇਹਦਾ ਇਹਦਾ ਮਤਲਬ ਇਹ ਹੈ ਕਿ ਇਹ ਲੀਡਰ ਦੇ ਪਿੱਛੇ origignal character ਕਾਂਗਰਸ ਦਾ ਇਤਿਹਾਸ ਹੋਇਆ ਤੇ ਬਚੀ ਹੈ ਜੇ ਇਹਦਾ ਵੀ ਆਲ ਇੰਡੀਆ ਕਰੈਕਟਰ ਕੇ ਜੋ ਦਿੱਲੀ ਤੋਂ ਤਾਰ ਹਿੱਲੂਗੀ ਉਹਦੇ ਮੁਤਾਬਿਕ ਚੱਲਣਾ ਤੇ ਸ਼ਾਇਦ ਇੱਥੇ ਵੀ ਸੂਪੜਾ ਸਾਫ਼ ਹੀ ਹੁੰਦਾ ਜੀ 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 ਇਸ ਕਰਕੇ ਇਸ ਕਰਕੇ ਜਿਹੜੀ ਇਹ ਤੁਸੀਂ ਬਹੁਤ ਇੰਪੋਰਟੈਂਟ ਸਵਾਲ ਕੀਤਾ ਕਿ ਐਡੀ ਵੱਡੀ ਪਾਰਟੀ ਜਿਹੜੀ 82 ਤੋਂ ਬਾਅਦ ਹੀ ਬਣੀ ਹੋਈ ਹੈ 85 ਦੇ ਜਦੋਂ ਵੀ ਆ ਕਾਫੀ ਧੇਰ ਹੋ ਗਏ ਆ ਤੇ ਉਸ 150 ਸਾਲ ਤੋਂ ਉੱਪਰ ਦੀ ਬੁੱਢੀ ਪਾਰਟੀ ਇੰਨੀ ਬੁੱਢੀ ਹੋ ਗਈ ਕਿ ਹੁਣ ਉਹਨੂੰ ਉਹ ਜਿਹੜੇ ਆ ਗੋਡੇ ਨਹੀਂ ਉਹਦੇ ਚੱਲਦੇ ਇਸ ਕਰਕੇ ਉਹਨਾਂ ਨੂੰ ਚਾਹੀਦਾ ਏ ਸੀ ਕਿ ਨਾਲੋਂ ਨਾਲ ਕੁਝ ਹੋਰ ਕਰ ਦੇ ਇਹ ਹੁਣ ਮੈਨੂੰ ਲੱਗਦਾ ਕਿ ਸਕੈਟਰ ਹੋ ਕੇ ਜਿੱਥੇ ਜਿੱਥੇ ਜਿਹਦਾ ਦਾਅ ਹੋਊਗਾ ਆਪਣਾ ਫੱਟਾ ਦੇ ਨਾਲ ਚੱਲੀ ਜਾਊਗਾ ਨਾ ਤੇ ਚੱਲੀ ਜਾਊਗਾ ਪਰ ਜੇ ਕੋ ਕਿ ਵੱਡੇ ਪੱਦਰ ਤੇ ਡੈਂਟ ਪਾਉਣਗੇ ਜਿਵੇਂ 올 ਇੰਡੀਆ ਦਾ ਉਹ ਬੜਾ ਮੁਸ਼ਕਲ ਹੋਊਗਾ origignal character ਜਿਆਦਾ ਪਰ ਅਜੇ ਵੀ ਜਿਹੜੀ ਡੀਪ ਰਹਾਣੀ ਪਾਰਟੀ ਜਿਹਦੇ ਕੋਲ ਇੰਨੇ ਰਿਸੋਰਸਸ ਹੋਣ ਇੰਨਾ ਨਾ ਹੋਵੇ ਇੱਕ ਸਿੰਬਲ ਹੋਵੇ ਉਸ ਨੂੰ ਇੰਜ ਕਹ ਲਓ ਕਿ ਤੁਰੰਤ ਵਾਈਪ ਆਊਟ ਹੋ ਜੂਗੀ ਉਹ ਨਹੀਂ ਦੇਖੋ ਰਾਜਸਥਾਨ ਬਣਾ ਕੇ ਕਿਸ ਤਰ੍ਹਾਂ ਵੀ ਰੈਡ ਦੇ ਖੇਡ ਦੇ ਬਣਾ ਕੇ ਮੱਧ ਪ੍ਰਦੇਸ਼ ਚ ਬਣਾ ਕੇ ਹੋਰ ਜਗ੍ਹਾ ਤੇ ਵੀ ਇਸ ਤਰ੍ਹਾਂ ਚੱਲਦਾ ਰਹੂਗਾ ਜੀ ਜੀ ਬਿਲਕੁਲ ਸੋ ਕੇਜਰੀਵਾਲ ਦੇ ਜਿੱਤ ਤੋਂ ਬਾਅਦ ਆਯਾਨੀ ਆਪਾਂ ਕਹਿ ਲਈਏ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ ਤੇ ਨਾਲ ਹੀ ਕੇਜਰੀਵਾਲ ਨੇ ਉਹਨਾਂ ਨੂੰ ਜਵਾਬ ਵੀ ਵਧੀਆ ਦਿੱਤਾ ਕਿ ਕੇਂਦਰ ਨਾਲ ਮਿਲ ਕੇ ਹੀ ਕਰਾਂਗੇ ਦਿੱਲੀ ਦਾ ਵਿਕਾਸ ਕਰ ਜੋਸੀ ਕਰਨੇ ਆ ਤੇ ਨਾਲ ਦੀ ਨਾਲ ਉਹਨਾਂ ਨੇ ਦਿੱਲੀ ਵਾਲਿਆਂ ਦਾ ਧੰਨਵਾਦ ਵੀ ਕੀਤਾ ਆਈ ਲਵ ਯੂ ਕਹਿ ਕੇ ਸਭ ਤੋਂ ਵੱਡੀ ਖਾਸ ਗੱਲ ਇਹ ਰਹੀ ਕਿ ਰਿਜ਼ਲਟ ਵਾਲੇ ਦਿਨ ਯਾਨੀ ਕਿ ਕੱਲ ਨੂੰ ਉਹਨਾਂ ਦੀ ਵਾਈਫ ਦਾ ਜੋ ਬਰਥਡੇ ਸੀ ਸੋ ਸਭ ਕਹਿ ਰਹੇ ਨੇ ਕਿ ਬਹੁਤ ਵਧੀਆ ਤੋਹਫਾ ਇੱਕ ਜਿੱਤ ਦਾ ਜੋ ਉਹਨਾਂ ਨੂੰ ਮਿਲਿਆ ਹੈ ਤੇ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨੇ ਚੰਗੇ ਕੰਮ ਕੀਤੇ ਪਰ ਕਿਤੇ ਨਾ ਕਿਤੇ ਵੀ ਚੀਜ਼ ਆ ਰਹੀ ਹੈ ਕਿ ਜੋ ਦਿੱਲੀ ਦੇ ਲੋਕ ਨੇ ਉਹਨਾਂ ਨੇ ਸ਼ਾਇਦ ਉਹਨਾਂ ਨੂੰ ਫ੍ਰੀ ਬਿਜਲੀ ਦਿੱਤੀ ਗਈ ਹੈ ਫ੍ਰੀ ਫ੍ਰੀ ਵਾਲਾ ਜਿਹੜਾ ਉਹਨਾਂ ਦਾ ਇੱਕ ਇਹ ਕੰਮ ਹੈ ਇਹ ਕੰਮ ਕਰ ਗਿਆ ਤੇ ਉਸ ਪਿੱਛੇ ਉਹਨਾਂ ਨੂੰ ਵੋਟਾਂ ਜ਼ਿਆਦਾ ਮਿਲੀਆਂ ਦੇਖੋ ਅਸਲ 'ਚ ਇਹ ਜਿਹੜਾ ਸ਼ਬਦ ਫ੍ਰੀ ਹੈ ਨਾ ਇਹ ਵੀ ਬੜਾ ਡਿਸੈਪਟਿਵ ਹੈਗਾ ਹੁਣ ਜਿਹੜੇ ਬੀਜੇਪੀ ਇਹੋ ਹੀ ਕਹੀ ਜਾਂਦੇ ਆ ਦੇਖੋ ਜੀ ਇਹਨਾਂ ਨੇ ਇੱਕ ਵਾਰੀ ਤੇ ਵੋਟਾਂ ਲੈ ਲਈਆਂ ਇਹਨਾਂ ਨੇ 6 ਮਹੀਨੇ ਚ ਕੀਤਾ ਫਿਰ ਬਾਅਦ ਵਿੱਚ ਕੀ ਕਰਨਗੇ ਫਿਰ ਇਹਨਾਂ ਰਪਟਾਖਾ ਪੈਜੂ ਇਹ ਤੇ 6 ਮਹੀਨੇ ਨਹੀਂ ਸਰਕਾਰ ਚੱਲਣੀ ਸਾਲ ਨਹੀਂ ਚੱਲਣੀ ਇਨਾ ਸਰਕਾਰ ਦਾ ਬਜਟ ਹਿੱਲ ਜੂਗਾ ਇਹ ਨਹੀਂ ਜੇ ਉਹ ਮਤਲਬ ਉਹ ਹੁਣ ਜਿਤਨਾ ਬੰਦਾ ਹੁੰਦਾ ਜਦੋਂ ਹਾਰ ਜਾਂਦਾ ਤੇ ਕੁਛ ਨਾ ਕੁਛ ਆਨੇ ਬਹਾਨੇ ਮਾਰਦਾ ਉਹ ਇਹ ਨਹੀਂ ਕਹਿੰਦੇ ਕਿ ਤੁਸੀਂ ਲੋਕਾਂ ਨੂੰ ਗੋਲੀਆਂ ਮਾਰਨ ਤੁਹਾਡੇ ਮਿਨਿਸਟਰ ਕਹਿ ਰਹੇ ਸੀ ਗੋਲੀ ਮਾਰੋ ਸ਼ਹੀਨ ਬਾਗਤ ਨੂੰ ਬਿਜਲੀ ਲਾਓ ਇਹ ਕਰੋ ਉਹ ਇਸ ਗੱਲ ਦਾ ਅਜੇ ਵੀ ਰਿਵਿਊ ਨਹੀਂ ਕਰ ਰਹੇ ਔਰ ਕਿਹੋ ਜਿਹਾ ਉਹਨਾਂ ਨੇ ਕਟਿਆ ਤੇ ਵਾਇਲੈਂਸ ਵਾਇਲੈਂਸ ਐਕਸਾਈਟ ਕਰ ਰਹੇ ਲੋਕਾਂ ਨੂੰ ਮਤਲਬ ਵਾਇਲੈਂਸ ਵੱਲ ਜਿਹੜਾ ਲਜਾਣ ਵੱਲ ਭਾਸ਼ਣ ਦਿੱਤੇ ਉਹ ਇੱਕ ਬੜੀ ਬਾਰੇ ਸੇ ਡਰ ਵਾਲੀ ਰਾਜਨੀਤੀ ਸੀਗੀ ਉਧਰ ਨੂੰ ਗਏ ਉਸ ਦਾ ਉਹ ਕੁਝ ਨਹੀਂ ਅਜੇ ਵੀ ਆਪਣਾ ਰਿਵਿਊ ਕਰਨ ਲਈ ਤਿਆਰ ਨਹੀਂ ਹੈ ਸੋਚਣ ਲਈ ਤਿਆਰ ਨਹੀਂ ਇਹ ਇੱਕ ਉਹਨਾਂ ਦੀ ਬੜੀ ਵੱਡੀ ਕਮਜ਼ੋਰੀ ਹੈ ਇਹ ਜਿਹੜੀ ਇਹਨਾਂ ਦੀ ਗੱਲ ਹੈ ਦੇਖੋ ਫ੍ਰੀ ਕੁਝ ਨਹੀਂ ਹੁੰਗਾ ਹਰ ਜੋ ਹਰ ਜੋ ਇਹ ਤੁਸੀਂ ਦੇਖੋ ਨਾ ਕਿ ਹੁਣ ਜਿਹੜੀ ਸਰਕਾਰ ਆ ਭਾਵੇਂ ਮੋਦੀ ਜੀ ਹੋਣ ਜਾਂ ਅਮਿਤ ਸ਼ਾਹ ਹੋਏ ਜਾਂ ਕੇਜਰੀਵਾਲ ਹੋਏ ਇਹਨਾਂ ਦੀ ਜਿਹੜੀ ਕੋਈ ਫੈਕਟਰੀ ਲੱਗੀ ਜਾਂ ਇੱਥੇ ਪੈਸੇ ਬਣਾਵਣਾ ਕਿ ਲੋਕਾਂ ਨੂੰ ਵੰਡ ਰਿਹਾ ਜਾਂ ਕਿ ਫ੍ਰੀ ਦੇ ਬਟ ਚੀਜ਼ ਮੈਨੇਜ ਕਰਨਾ ਮੀਨਸ ਮੈਨੇਜ ਕੀਤਾ ਜਾ ਰਿਹਾ ਬਿਲਕੁਲ ਫ੍ਰੀ ਕੁਛ ਨਹੀਂ ਹੈ ਕੰਮ ਤੇ ਲੋਕ ਕਰ ਰਿਹਾ ਸਭ ਤੋਂ ਵੱਧ ਕੰਮ ਸਭ ਤੋਂ ਗਰੀਬ ਬੰਦਾ ਕਰਦਾ ਕਿਉਂ ਕਿਉਂ ਸਭ ਤੋਂ ਵੱਧ ਕੰਮ ਕਰਦਾ ਉਹ ਮਿਹਨਤ ਵੀ ਕਰਦਾ ਉਹਨੂੰ ਮਿਲਦਾ ਵੀ ਕੁਛ ਨਹੀਂ ਇਹਦਾ ਮਤਲਬ ਦੇਸ਼ ਲਈ ਜੇ ਕੋਈ ਸਭ ਤੋਂ ਜ਼ਿਆਦਾ ਧਨ ਦੌਲਤ ਪੈਦਾ ਕਰ ਰਿਹਾ ਤਾਂ ਸਭ ਤੋਂ ਗਰੀਬ ਬੰਦਾ ਗਰੀਬ ਕੌਣ ਹੈ ਕਿਸਾਨ ਹੈ ਮਜ਼ਦੂਰ ਹੈ ਹੈ ਬਾਕੀ ਦੇ ਵਾਈਟ ਕਾਲਰ ਤੇ ਜਿਹੜੇ ਆ ਉਸ ਬਣਾਈ ਹੋਈ ਤਾਂ ਦੌਲਤ ਚੋਂ ਆਪਣਾ ਹਿੱਸਾ ਮਾੜਾ ਮਾੜਾ ਲੈਂਦੇ ਆ ਹੈਨਾ ਇਸ ਕਰਕੇ ਜੇ ਉਹਨਾਂ ਨੂੰ ਕੋਈ ਰਾਹਤ ਦਿੰਦੇ ਆ ਤੇ ਉਹ ਫ੍ਰੀ ਨਹੀਂ ਹੈ ਮੇਰਾ ਮਤਲਬ ਉਹਨਾਂ ਦਾ ਹੱਕ ਬਣਦਾ ਜਿਹੜਾ ਉਹਨਾਂ ਨੂੰ ਕੋਈ ਵੀ ਸਮਾਜ ਤੇ ਸਰਕਾਰ ਦਿੰਦੀ ਨਹੀਂ ਹੈਗੀ ਇਸ ਕਰਕੇ ਜੇ ਜੇ ਕੋਈ ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਕਿਸਾਨਾਂ ਨੂੰ ਦਿੰਨੇ ਆ ਉਹਨੂੰ ਸਬਸਿਡੀ ਕਹੋ ਜਾਂ ਕੁਝ ਕਹੋ ਉਹ ਇਸ ਕਰਕੇ ਦਿੰਦੇ ਆ ਕਿ ਉਦੋਂ ਥੱਲੇ ਜੀ ਉਹਨਾਂ ਨੂੰ ਤੁਸੀਂ ਕੀਮਤ ਦੋਗੇ ਤੇ ਉਹਨਾਂ ਦਾ ਬਚਣਾ ਔਖਾ ਹੋ ਜੂ ਖੇਤੀ ਚ ਟਿਕਣਾ ਔਖਾ ਹੋ ਜੂ ਇਹ ਇੱਥੇ ਹੀ ਨਹੀਂ ਇਹ ਸਾਰੀ ਦੁਨੀਆ ਦਾ ਹੀ ਹੈਗਾ ਇਸੇ ਤਰ੍ਹਾਂ ਹੀ ਮਜ਼ਦੂਰ ਹੈਗੇ ਕਿ ਉਹਨਾਂ ਦੀ ਹਾਲਤ ਇਹੋ ਜੀ ਆ ਕਿ ਉਹ ਇੱਕ ਗੁਲਾਮਾਂ ਵਾਲਾ ਜੀਵਨ ਅੱਜ ਵੀ ਜੀ ਰਹੇ ਆ ਉਨਾਂ ਦੀ ਮਿਨੀਮਮ ਵੇਜ ਜਿਹੜੀ ਨਿਊਨਤਮ ਜਿਹੜੀ ਤੁਸੀਂ ਉਜਰਤ ਕਹਿੰਦੇ ਆ ਕਿਤੇ 6000 ਕਿਤੇ 5000 ਕਿਤੇ 4000 ਰੁਪਏ ਉਹਨਾਂ ਨੂੰ ਮਹੀਨੇ ਦਾ ਮਿਲਦਾ ਇੰਨੀ ਘੱਟ ਉਜਰਤ ਦੇ ਉੱਤੇ ਪਰਿਵਾਰ ਨਹੀਂ ਚੱਲ ਸਕਦਾ ਤੇ ਜੇ ਉਹਨਾਂ ਨੂੰ ਬਿਜਲੀ ਦੇ ਦਿੱਤੀਏ ਤੇ ਉਹ ਫ੍ਰੀ ਕਾਦੀ ਹੈ ਕਿਉਂਕਿ ਤੁਸੀਂ ਉਹਨਾਂ ਨੂੰ ਦਿੰਦੇ ਹੀ ਕੁਝ ਨਹੀਂ ਤੇ ਬਿਜਲੀ ਵੀ ਨਹੀਂ ਦੇਣੀ ਹਨ ਮੇਰਾ ਹੁਣ ਸਮਝ ਗਏ ਇਸ ਕਰਕੇ ਮੈਂ ਤਾਂ ਇਹਦੇ ਤੇ ਥੋੜਾ ਜਿਆਦਾ ਜ਼ੋਰ ਲਾਇਆ ਕਿਉਂਕਿ ਕੱਲ ਸਾਰੀ ਦਿਹਾੜੀ ਡਿਬੇਟ ਇਨ੍ਹਾਂ ਗੱਲਾਂ ਤੇ ਚੱਲਦੀ ਰਹੀ ਰਿਜ਼ਲਟਾਂ ਤੋਂ ਬਾਅਦ ਕਿ ਲੋ ਜੀ ਇਨ੍ਹਾਂ ਨੇ ਫ੍ਰੀ ਬੀਜ਼ ਦਿੱਤੀਆਂ ਮੁਫਤ ਦਿੱਤਾ ਇਸ ਕਰਕੇ ਲੋਕਾਂ ਨੂੰ ਲਾਲਚਦਾ ਮੁਫਤ ਮਾਫਤ ਕੁਝ ਨਹੀਂ ਹੁੰਦਾ ਜੇ ਐਜੂਕੇਸ਼ਨ ਜਿਹੜੀ ਹੈ ਲੋਕਾਂ ਦਾ ਅਧਿਕਾਰ ਹੈ ਪਰ ਪਰ ਇਹ ਵੀ ਚੀਜ਼ ਕਹਿ ਸਕਦੇ ਕਿ ਇਹ ਜੀ ਕੋਸ਼ਿਸ਼ ਵੀ ਕਿ ਚਲੋ ਆਪਾਂ ਕਹਿ ਰਹੇ ਕਿ ਉਹਨਾਂ ਨੇ ਮੈਨੇਜ ਕੀਤਾ ਪਰ ਲੋਕਾਂ ਦੇ ਕੋਲ ਇਹ ਸੁਨੇਹਾ ਜਾ ਰਿਹਾ ਹੈ ਕਿ ਹਾਂਜੀ ਸਾਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਪਰ ਇਹ ਐਫਰਟ ਵੀ ਫਸਟ ਟਾਈਮ ਕਿਸੇ ਪਾਰਟੀ ਵੱਲੋਂ ਕਿਸੇ ਐਵੇਂ ਕੀਤੀ ਗਈ ਪਰ ਇੱਥੇ ਨਾਲ ਅਗਰ ਦੇਖੀਏ ਇਸ ਗੱਲ ਕਿ ਪੰਜਾਬ ਦੇ ਵਿੱਚ ਸਾਲ ਦੀ ਸ਼ੁਰੂਆਤ ਵਿੱਚ 30 ਪੈਸੇ ਪ੍ਰਤੀ ਯੂਨਿਟ ਬਿਜਲੀ ਵਧਾ ਦਿੱਤੀ ਕਿ ਕਿ ਤਾਂ ਉਹ ਲੱਗਦਾ ਹੈ ਕਿ ਹੁਣ ਇਸ ਰਣਨੀਤੀ ਤੇ ਪੰਜਾਬ ਦੇ ਵਿੱਚ ਵੀ ਕੰਮ ਹੋਣਗੇ ਜੋ ਅੱਗੇ ਵੈਸੇ ਕਿਹਾ ਜਾ ਰਿਹਾ ਸੀ ਕਿ ਅਪ੍ਰੈਲ ਦੇ ਵਿੱਚ ਹੋਰ ਮਹਿੰਗੀ ਹੋ ਜਾਏਗੀ ਬਿਜਲੀ ਤਾਂ ਲੱਗਦਾ ਹੈ ਉਸ ਉੱਪਰ ਹ ਆਪ ਦੇ ਵਿੱਚ ਜਿਹੜੇ ਆ ਨਾ ਭਾਵੇਂ ਉਹ ਅਕਾਲੀ ਦਲ ਰਿਹਾ ਭਾਵੇਂ ਕਾਂਗਰਸ ਰਹੀ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਬਹੁਤ ਤੇ ਸਾਂਭਿਆ ਨਹੀਂ ਲੁੱਟਿਆ ਕੁੱਟਿਆ ਜਾਦਾ ਆ ਇਹ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਨੂੰ ਤੇ ਇੱਕ ਡਰਾਸਟਿਕਲੀ ਰੀਵਿਊ ਪ੍ਰਤਾਪ ਬਾਜਵਾਦੀ ਠੀਕ ਹੈ ਇਹ ਗੱਲ ਜਿਹੜੇ ਐਮਪੀ ਹੈਗੇ ਕਾਂਗਰਸ ਦੇ ਪੰਜਾਬ ਤੋਂ ਕਿ ਤੁਸੀਂ ਜੇ ਨਹੀਂ ਆਪਣੇ ਆਪ ਨੂੰ ਸੋਚਿਆ ਤੇ ਤੁਸੀਂ ਸਾਰੇ ਹੁੰਜੇ ਜਾਓਗੇ ਜਾਂ ਖੁੱਡੇ ਲੱਗ ਜਾਓਗੇ ਮੁਸ਼ਕਲ ਹੋਊਗੀ ਤੁਹਾਡੀ ਹਾਲਤ ਜਿਹੜੀ ਜਿਹੜੀ ਤੁਸੀਂ ਗੱਲ ਕਹਿੰਦੇ ਆ ਕਿ ਹੋਰ ਉਹਨਾਂ ਨੇ ਇੰਨੀ ਫ੍ਰੀ ਬਿਜਲੀ ਦਿੱਤੀ ਅਸੀਂ ਤੇ ਬਰੀਦ ਨੇ ਤਾਂ ਨਹੀਂ ਪਤਾ ਹੈ ਟਿਊਬਲਾਂ ਦੀ ਉਹਨੇ ਤੇ 200 ਯੂਨਿਟ ਦਿੱਤੇ ਆ ਸਾਡੇ ਤੇ ਮੋਟਰਾਂ ਚੱਲਦੀਆਂ 10-10 ਹਾਰਸ ਪਾਵਰ ਦੀਆਂ ਉਹ ਤੇ 100 ਘਰ ਦਾ ਕੱਲਾ ਹੀ ਬਿਜਲੀ ਖਾ ਜਾਂਦਾ ਜਿੰਨੀ ਉਹਨੇ ਦਿੱਤੀ ਹੈ ਤੇ ਅਸੀਂ 6.5 ਹਜ਼ਾਰ ਕਰੋੜ 7000 ਕਰੋੜ ਦੀ ਪੰਜਾਬ ਚ ਬਿਜਲੀ ਫਰੀ ਦੇ ਰਹੇ ਆ ਜਿਸ ਕਰਕੇ ਇਸ ਤਰ੍ਹਾਂ ਨਹੀਂ ਹੈਗਾ ਕਿ ਅਸੀਂ ਨਹੀਂ ਦੇ ਰਹੇ ਪਰ ਇਹ ਸਾਡੀ ਸਾਡੀ ਪੰਜਾਬ ਦੀ ਓਵਰਆਲ ਸਟੇਟ ਜਿਹੜੀ ਆ ਉਹ ਮੈਨੇਜ ਨਹੀਂ ਹੋ ਰਹੀ ਹੈ ਜੇ ਉਹਦੇ ਚ ਲੁੱਟ ਖਸੁੱਟ ਦੋਵਾਂ ਹੱਥਾਂ ਨਾਲ ਜ਼ਿਆਦਾ ਆ ਸਾਰਾ ਕੁਝ ਖਾਣ ਪੀਣ ਤੇ ਲੱਗੇ ਆ ਫਿਰ ਕੰਮ ਨਹੀਂ ਕਰਦੇ ਖਾਣ ਪੀਣ ਤੋਂ ਬਾਅਦ ਵੀ ਅੱਖਾਂ ਦਿਖਾਉਂਦੇ ਆ ਇਹ ਹੋਰ ਵੀ ਮਾੜੀ ਗੱਲ ਦਫਤਰਾਂ 'ਚ ਨਹੀਂ ਕੰਮ ਹੁੰਦਾ ਪੁਲਿਸ ਨੀ ਕੋਈ ਆਪਣੀ ਡਿਊਟੀ ਕਰਦੀ ਸਿਰਫ 24 ਘੰਟੇ ਪੂਛ ਲਾਉਂਦੀ ਆ ਰਾਜਨੀਤਿਕ ਲੋਕਾਂ ਦੇ ਪਿੱਛੇ ਪੁਲਿਸ ਹੋਈ ਹੋਏ ਹੋਰ ਹੋਏ ਅਫਸਰ ਹੋਏ ਤੇ ਲੋਕਾਂ ਨੂੰ ਬਾਹਰ ਕੀਤਾ ਆ ਸਾਰਿਆਂ ਨੇ ਰਲ ਮਿਲ ਕੇ ਇਹ ਜਿਹੜੀ ਰਾਜਨੀਤੀ ਇਹਨੂੰ ਬਦਲਣਾ ਪਊਗਾ ਲੋਕਾਂ ਦੇ ਮਸਲਿਆਂ ਨੂੰ ਐਡਰੈਸ ਕਰਨਾ ਪਊਗਾ ਦਫਤਰਾਂ ਦੇ ਵਿੱਚ ਕੰਮ ਲੋਕਾਂ ਦੇ ਹੋਣੇ ਚਾਹੀਦੇ ਸਭ ਤੋਂ ਵੱਡੀ ਦੁਕਾਨ ਔਰ ਸਰਕਾਰ ਕੋਲ ਪੈਸਾ ਆਉਣਾ ਚਾਹੀਦਾ ਜਿੱਥੋਂ ਪੈਸਾ ਜਿਹੜਾ ਪੈਸਾ ਪੋਲਿਟੀਸ਼ੀਅਨ ਭਾ ਮਰੇਤਾ ਬਜਰੀ ਉਹਨਾਂ ਦਾ ਟ੍ਰਾਂਸਪੋਰਟ ਦਾ ਪਬਲਿਕ ਟ੍ਰਾਂਸਪੋਰਟ ਨੂੰ ਮਜ਼ਬੂਤ ਕਰਕੇ ਚਾਰ ਬੰਦਿਆਂ ਨੂੰ এমਪਲాయਮੈਂਟ ਵੀ ਮਿਲਦੀ ਆ ਚਾਰ ਪੈਸੇ ਇਸ ਤਰ੍ਹਾਂ ਉਹ ਸਾਰਾ ਕੰਮ ਇਹਨਾਂ ਨੇ ਬੰਦ ਕੀਤਾ ਉਸ ਪਾਸੇ ਨੂੰ ਜੇ ਨਹੀਂ ਚੱਲਦੇ ਤਾਂ ਇਹ ਸਿੱਖਣ ਵਾਲੀ ਗੱਲ ਹੈਗੀ ਆ ਵਿਕਾਸ ਦਾ ਜਿਹਨੂੰ ਕਹ ਲਓ ਜਾਂ ਗੁੱਡ ਗਵਰਨੈਂਸ ਜਿਹਨੂੰ ਕਹ ਲਓ ਉਸ ਪਾਸੇ ਨਹੀਂ ਚੱਲਦੇ ਤੇ ਇਹਨਾਂ ਲਈ ਮੁਸ਼ਕਲ ਹੋਊਗੀ ਪਰ ਜਿਹੜਾ ਤੁਸੀਂ ਕਹਿੰਦੇ ਆ ਨਾ ਕਿ ਉਹਨਾਂ ਨੂੰ ਲੋਕਾਂ ਨੂੰ ਇੰਜ ਲੱਗਾ ਕਿ ਸਾਨੂੰ ਫ੍ਰੀ ਹੈ ਇਹੀ ਤੇ ਧੋਖਾ ਆ ਲੋਕਾਂ ਨਾਲ ਲੋਕਾਂ ਨੂੰ ਇਹ ਨਹੀਂ ਸਮਝ ਪੈ ਰਹੀ ਕਿ ਇਹ ਸਾਡਾ ਅਧਿਕਾਰ ਆ ਜੇ ਕੋਈ ਮੁਫਤ ਸਿੱਖਿਆ ਮਿਲਦੀ ਹੈ ਉਹ ਮੁਫਤ ਨਹੀਂ ਹੁੰਦੀ ਉਹਦਾ ਸ਼ਬਦ ਵਰਤ ਲਿਆ ਰੂਲਿੰਗ ਲੋਕਾਂ ਨੇ ਮੁਫਤ ਕਿਵੇਂ ਆ ਤੁਸੀਂ ਮੈਂ ਤਾਂ ਤਾਈਆਂ ਤੇ ਕਹਿਣਾ ਮੁਫਤ ਤਾਂ ਮੈਂ ਉਹਨੂੰ ਮੰਨੂਗਾ ਕਿ ਜੇ ਕੋਈ ਆਪਣੇ ਪੈਸੇ ਕਮਾ ਕੇ ਬਿਲ ਗੇਟ ਵਾਂਗੂ ਤੇ ਕਿਸੇ ਨੂੰ ਦੇ ਰਿਹਾ ਫਿਰ ਮੈਂ ਕਹੂੰਗਾ ਕਿ ਉਹਨੇ ਆਪਣੇ ਪੈਸੇ ਕਮਾ ਕੇ ਜੇਬ ਦੇ ਵਿੱਚੋਂ ਇਹਨੂੰ ਦਿੱਤੇ ਲੋਕ ਟੈਕਸ ਦੇ ਰਹੇ ਆ ਆਪ ਹੀ ਅਸੀਂ ਟੈਕਸ ਦੇ ਰਹੇ ਆ ਸਾਡੇ ਪੈਸੇ ਸਾਨੂੰ ਕੰਪੈਂਸੇਟ ਕੀਤਾ ਜਾਂਦਾ ਕਿ ਘੱਟੋ ਘੱਟ ਬੱਚਿਆਂ ਨੂੰ ਐਜੂਕੇਸ਼ਨ ਮਿਲੇ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਜਿੰਨਾ ਵੀ ਨੌਜਵਾਨ ਜਿਹੜਾ ਤਬਕਾ ਹੰਦਾ ਭਾਵੇਂ ਸਕੂਲ ਦੀ এডਿਕੇਸ਼ਨ ਆ ਜਾਂ ਉਹਦੇ ਪੋਸਟ ਸਕੂਲ এডਿਕੇਸ਼ਨ ਆ ਉਹ ਦੇਸ਼ ਦਾ ਧਨ ਪੈਦਾ ਹੋ ਰਿਹਾ ਜੇ ਤੁਹਾਡੇ ਸਾਰੇ ਬੱਚੇ ਪੜ੍ਹੇ ਲਿਖੇ ਸਿਆਣੇ ਸਮੀਧਾਰ ਸੂਝਵਾਨ ਹੋ ਜਾਣਗੇ ਤੇ ਉਹ ਕੰਮ ਕਰਨ ਦੇ ਲਾਇਕ ਹੋ ਜਾਣਗੇ ਤੁਸੀਂ ਉਹਨਾਂ ਨੂੰ ਨਹੀਂ ਵੀ ਕੰਮ ਦੋਗੇ ਤੇ ਕਿਤੇ ਨਾ ਕਿਤੇ ਜਾ ਕੇ ਕੁਝ ਕੰਮ ਲੱਭ ਲੈਣਗੇ ਜਾਂ ਕੁਝ ਹੋਰ ਬਾਹਰ ਚਲੇ ਜਾਣਗੇ ਉੱਥੇ ਚੰਗੇ ਕੰਮ ਕਰ ਲੈਣਗੇ ਇਸ ਲਈ ਆਪਣੇ ਜਿਹੜਾ ਤੁਹਾਡਾ ਇਹ ਨੌਜਵਾਨ ਹੁੰਦੇ ਹੈਗੇ ਉਹ ਦੇਸ਼ ਦਾ ਧਨ ਦੌਲਤ ਹੁੰਦੇ ਤੇ ਜੇ ਉਹ ਧਨ ਦੌਲਤ ਨੂੰ ਤੁਸੀਂ ਸੜਕਾਂ ਦੇ ਉੱਤੇ ਸੁੱਟ ਛੱਡਿਆ ਤੇ ਟੈਂਕੀਆਂ ਤੇ ਚੜਦੇ ਰਹੇ ਟੀਚਰ ਸਾਡੇ ਉੱਥੇ ਪੈਟਰੋਲ ਲੈ ਲੈ ਕੇ ਕਿਸਾਨੂੰ ਨੌਕਰੀ ਦਿਓ ਨਹੀਂ ਤੇ ਅਸੀਂ ਆਪਣੇ ਆਪ ਨੂੰ ਸੂਇਸਾਈਡ ਕਰ ਲਾਂਗੇ ਉਸ ਕਿਸਮ ਦਾ ਸਾਡੀ ਇਹ ਬੜੀ ਅਣਦੇਖੀ ਹੈਗੀ ਆ ਸਾਡੇ এডਿਕੇਸ਼ਨ ਸਿਸਟਮ ਦੀ ਵੀ ਸਾਡੇ ਸਿਹਤ ਸਿਸਟਮ ਦੀ ਵੀ ਇਸ ਗੱਲ ਦੀ ਸਿੱਖ ਤੇ ਦਿੱਲੀ ਤੋਂ ਇਹਨਾਂ ਨੂੰ ਸਿੱਖਣੀ ਚਾਹੀਦੀ ਹੈ ਕਿ ਲੋਕਾਂ ਦਾ ਜਿਹੜਾ ਸਸਤੀ ਵਿਦਿਆ ਸਸਤੀਆਂ ਸਿਹਤ ਸਵਾਮਾਂ ਇਹ ਜਿਹੜਾ ਅਧਿਕਾਰ ਬਣਦਾ ਜਾਂ ਚੰਗੀਆਂ ਕੀਮਤਾਂ ਫਸਲਾਂ ਦੀਆਂ ਕਿਸਾਨਾਂ ਦਾ ਉਹਨਾਂ ਦਾ ਜਿਹੜਾ ਅਧਿਕਾਰ ਬਣਦਾ ਉਹ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ ਭਾਵੇਂ ਫ੍ਰੀ ਕਹਿ ਕੇ ਦੇ ਦੇਓ ਜੀ ਬਿਲਕੁਲ ਯਾਨੀ ਕਿ ਸੀ ਓਵਰਆਲ ਹੈ ਕਿ ਐਸਾ ਦੇ ਕੇ ਕਿ ਅਗਰ ਦਿੱਲੀ ਵਿੱਚ ਫਿਰ ਤੋਂ ਕੇਜਰੀਵਾਲ ਸਰਕਾਰ ਬਣ ਰਹੀ ਹੈ ਤਾਂ ਉਸ ਦੇ ਪਿੱਛੇ ਮੁਫਤ ਚੀਜ਼ਾਂ ਦਾ ਮਿਲਣਾ ਨਹੀਂ ਬਲਕਿ ਕੇਜਰੀਵਾਲ ਵੱਲੋਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਮੈਨੇਜ ਕਰਕੇ ਲੋਕਾਂ ਤੱਕ ਪਹੁੰਚਾਉਣਾ ਹੈ ਸੋ ਇਸ ਤਰ੍ਹਾਂ ਦੀ ਹੀ ਜੋ ਰਣਨੀਤੀ ਹੈ ਬਾਕੀ ਪਾਰਟੀਆਂ ਨੂੰ ਵੀ ਜ਼ਰੂਰ ਅਪਣਾਣੀ ਚਾਹੀਦੀ ਹੈ ਅਗਰ ਇਹ ਸਾਫ਼ ਹੋ ਰਿਹਾ ਹੈ ਕਿ ਪ੍ਰੈਕਟੀਕਲੀ ਜੋ ਲੋਕ ਨੇ ਇਸੀ ਰਣਨੀਤੀ ਦੇ ਉੱਪਰ ਵੋਟਾਂ ਪਾ ਰਹੇ ਨੇ ਤੇ ਅੱਗੇ ਗੱਲ ਕਰੀਏ ਅਗਰ ਪੰਜਾਬ ਦੀ ਤਾਂ ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਹੁਣ ਨੌਜਵਾਨਾਂ ਨੂੰ ਲੈ ਕੇ ਸ਼ਾਇਦ ਸੀਰੀਅਸ ਹੋ ਗਈ ਹੈ ਗੰਭੀਰ ਹੋ ਗਈ ਹੈ ਇਸੇ ਲਈ ਹੁਣ ਜਿੰਨੇ ਵੀ ਕੁਝ ਫਿਲਮਾਂ ਜਾਂ ਗਾਣੇ ਆ ਕੁਝ ਐਕਟੀਵਿਟੀਆਂ ਪੰਜਾਬ ਦੇ ਵਿੱਚ ਅਗਰ ਹੁੰਦੀਆਂ ਨੇ ਜੋ ਪੰਜਾਬ ਦੇ ਯੂਥ ਨੂੰ ਗਲਤ ਪਾਸੇ ਪਾ ਰਹੀਆਂ ਨੇ ਹਥਿਆਰਾਂ ਜਾਂ ਨਸ਼ੇ ਦੀਆਂ ਚੀਜ਼ਾਂ ਨੂੰ ਵਧਾਵਾ ਦਿੰਦੀਆਂ ਨੇ ਉੱਪਰ ਰੋਕ ਲਗਾਈ ਜਾ ਰਹੀ ਹੈ ਕੁਝ ਦਿਨ ਪਹਿਲਾਂ ਸ਼ੂਟਰ ਫਿਲਮ ਦੇ ਉੱਪਰ ਪਾਬੰਦੀ ਲਗਾਈ ਗਈ ਬੈਨ ਲਗਾ ਦਿੱ ਉੱਪਰ ਕੇਸ ਦਰਜ ਕਰ ਦਿੱਤਾ ਗਿਆ ਕੇਵੀ ਢਿੱਲੋਂ ਦੇ ਉੱਪਰ ਤੇ ਹੁਣ ਰੀਸੈਂਟਲੀ ਇੱਕ ਹੋਰ ਚੀਜ਼ ਹੈ ਜੀ 7 ਤੋਂ 11 ਤਰੀਕ ਤੱਕ ਜੋ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਸੀ ਜਿਸ ਦੇ ਵਿੱਚ ਦੇਖਿਆ ਗਿਆ ਕਿ ਜਿਨ੍ਹਾਂ ਬੱਸਾਂ ਦੇ ਵਿੱਚ ਕੁਝ ਅਜਿਹੇ ਗੀਤ ਜਾਂ ਫਿਲਮਾਂ ਚਲਾਈਆਂ ਜਾਂਦੀਆਂ ਨੇ ਜਿਸ ਦੇ ਵਿੱਚ ਹਥਿਆਰਾਂ ਨੂੰ ਜਾਂ ਨਸ਼ਿਆਂ ਨੂੰ ਵਧਾਵਾ ਦਿੱਤਾ ਜਾਂਦਾ ਉਹਨਾਂ ਉੱਪਰ ਚਲਾਨ ਕੱਟੇ ਗਏ ਤੇ ਇਸ ਮੁਹਿੰਮ ਦੇ ਤਹਿਤ ਤਕਰੀਬਨ 212 ਬੱਸਾਂ ਦੇ ਚਲਾਨ ਕੱਟੇ ਗਏ ਏ ਠੀਕ ਹੈ ਇਹ ਨਾ ਇੱਕ ਡੈਟਰੈਂਸ ਹੁੰਦੀ ਆ ਕਿ ਤੁਸੀਂ ਕਿਸੇ ਚੀਜ਼ ਤੇ ਬੈਨ ਲਾ ਦੇਣਾ ਕਾਨੂੰਨ ਪਾਸ ਕਰ ਦੇਣਾ ਕੋਈ ਚਲਾਨ ਕਰ ਦੇਣੇ ਕੁਝ ਨੂੰ ਫਿਲਮ ਵਾਲੇ ਦੇ ਉੱਤੇ ਕੇਸ ਬਣਾ ਦੇਣਾ ਇਹਦੇ ਨਾਲ ਤੁਸੀਂ ਓਵਰਆਲ ਚੀਜ਼ਾਂ ਨੂੰ ਨਹੀਂ ਬਦਲ ਸਕਦੇ ਹਮ ਮਤਲਬ ਆਉਣ ਵਾਲੇ ਲੰਬੇ ਸਮੇਂ ਚ ਕਿੰਨਾ ਕਰੋਗੇ ਹੁਣ ਦੇਖੋ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਵੈਸੇ ਬੈਨ ਹੁੰਦੀਆਂ ਪਰ ਤੁਹਾਨੂੰ ਮੀਡੀਆ ਦੇ ਉੱਤੇ ਇੰਟਰਨੈਟ ਦੇ ਉੱਤੇ ਹਰ ਚੀਜ਼ ਉਹ ਅਵੇਲੇਬਲ ਹੈ ਜਿਹੜੀ ਵੈਸੇ ਕੋਈ ਨਾਰਮਲੀ ਨਾ ਤੇ ਅਵੇਲੇਬਲ ਹੁੰਦੀ ਹੈ ਤੇ ਵੈਸੇ ਬੈਨ ਵੀ ਹੁੰਦੀ ਹੈ ਇਸੇ ਤਰੀਕੇ ਨਾਲ ਇਹ ਚੀਜ਼ਾਂ ਜੇ ਤੁਸੀਂ ਇਹਨਾਂ ਨੂੰ ਜ਼ਬਰਦਸਤ ਜੇ ਸੋਸ਼ਲ ਡਿਮਾਂਡ ਹੈਗੀ ਹੈ ਮੰਨ ਲਓ ਬੱਚੇ ਸਾਡੇ ਯੂਥ ਉਹਨਾਂ ਨੂੰ ਹੀਰੋ ਮੰਨਦੇ ਆ ਜਿੱਦਾਂ ਜੱਗੇ ਡਾਕੂ ਤੇ ਕਿਸੇ ਸੀ ਜੱਗਾ ਮਾਰਿਆ ਬੋਰਡ ਦੀ ਛਾਵੇਂ ਨੌਮਣ ਰੀਤ ਪੇਚ ਗਈ ਸੀ ਅਸੀਂ ਜਦੋਂ ਛੋਟੇ ਛੋਟੇ ਸੀ ਆਉਂਦੇ ਗਾਣੇ ਜੱਗੇ ਡਾਕੂ ਤੇ ਬਣੇ ਸੀ ਹਾਲਾਂਕਿ ਉਹ ਡਾਕੂ ਸੀ ਡਾਕੂ ਬਣਾਣਾ ਕੋਈ ਚੰਗੀ ਗੱਲ ਨਹੀਂ ਔਰ ਡਾਕੂ ਪੈਦਾ ਕਰਨਾ ਸਮਾਜ ਚ ਚੰਗੀ ਗੱਲ ਨਹੀਂ ਪਰ ਉਹ ਸਾਡਾ ਰੋਬਨ ਹੁੱਡ ਸੀਗਾ ਇਸ ਕਿਸਮ ਦੇ ਜਿਹੜੇ ਨਵੇਂ-ਨਵੇਂ ਰੋਬਨ ਹੁੱਡ ਕਰੈਕਟਰ ਇੱਥੇ ਹੈਗੇ ਆ ਤੇ ਕੁਝ ਤੇ ਆ ਕੇ ਦੇਖੋ ਉੱਥੋਂ ਆਪਣੇ ਲਖਾ ਸਿਧਾਣਾ ਜਾਂ ਇਸ ਤਰ੍ਹਾਂ ਦੇ ਅੰਦਰੋਂ ਜੇਲ ਜੂਲ ਖੱਟ ਕੇ ਬਾਅਦ ਚ ਆਪਣੇ ਆਪ ਨੂੰ ਸੁਧਰੇ ਹੋਏ ਮੰਨ ਕੇ ਰਾਜਨੀਤੀ ਚ ਉੱਤਰ ਆਏ ਆ ਕੁਝ ਜਿਹੜੇ ਇਹੋ ਜਿਹੇ ਆ ਇਸ ਪਾਸੇ ਨੂੰ ਚੱਲੇ ਆ ਇਹ ਜਿਹੜੀ ਫਿਲਮ ਬਣ ਰਹੀ ਸੀ ਤੁਸੀਂ ਇਹਨੂੰ ਬੈਨ ਕਰਨਾ ਠੀਕ ਹੈ ਬੈਨ ਕਰ ਦਿੱਤਾ ਉਹਦੇ ਵੀ ਦੋ ਵਰਸ਼ਨ ਨੇ ਪਰ ਚਲੋ ਮੈਂ ਬੂਤਾ ਬੈਨ ਬੂਨ ਦੇ ਹੱਕ ਚ ਨਹੀਂ ਸਾਡੇ ਮੇਰੇ ਮੇਰੇ ਮਨ ਚ ਇਹ ਹੁੰਦਾ ਆ ਕਿਉਂਕਿ ਜੇ ਇੱਕ ਨੂੰ ਸਹੀ ਵੀ ਕਿਸੇ ਚੀਜ਼ ਨੂੰ ਬੈਨ ਕੀਤਾ ਕੱਲ ਇਸੇ ਬੈਨ ਦਾ ਬਹਾਨਾ ਮਾਰ ਕੇ ਜੇ ਕੋਈ ਚੰਗੀ ਚੀਜ਼ ਆ ਉਹਨੂੰ ਵੀ ਬੈਨ ਕਰ ਦੇਣਗੇ ਇਸੇ ਕਰਕੇ ਜਦੋਂ ਬਹੁਤ ਕੋਈ ਅਟ੍ਰੋਸ਼ੀਅਸ ਬੜਾ ਸਖਤ ਕਾਨੂੰਨ ਪੋਟਾ ਵਰਗਾ ਜਾਂ ਜਿਹੜਾ ਪੀਐਸਏ ਵਰਗਾ ਆ ਪਬਲਿਕ ਸੇਫਟੀ ਐਕਟ ਜਿਹੜਾ ਜੰਮੂ ਕਸ਼ਮੀਰ 'ਚ ਲੱਗਾ ਹੋਇਆ ਉਹ ਪਰ ਤੜਾ ਥੜਾ ਲੀਡਰ ਰਹਿੰਦੇ ਜਦੋਂ ਬਣਦਾ ਆ ਉਦੋਂ ਇਹ ਥੋੜੀ ਕਹਿੰਦੇ ਆ ਕਿ ਅਸੀਂ ਚੰਗੇ ਬੰਦਿਆਂ ਨੂੰ ਅੰਦਰ ਕਰਨਾ ਉਦੋਂ ਇਹ ਬਣਦਾ ਹੁੰਦਾ ਕਿ ਜਿਹੜੇ ਮਾਰੇ ਬੰਦੇ ਆ ਜਿਹੜੇ ਸਾਨੂੰ ਕਿਸੇ ਵੇਲੇ ਤੁਰੰਤ ਜਿੰਨਾ ਤੇ ਐਕਸ਼ਨ ਕਰਨ ਦੀ ਲੋੜ ਆ ਪਰ ਕਾਨੂੰਨ ਸਾਨੂੰ ਲਾਉ ਨਹੀਂ ਕਰਦਾ ਅਸੀਂ ਉਸ ਲਈ ਇੱਕ ਕਾਨੂੰਨ ਬਣਾਇਆ ਪਰ ਜੀ ਜੀ ਬਿਲਕੁਲ ਪਰ ਇੱਕ ਚੀਜ਼ ਜ਼ਰੂਰ ਹੈ ਅਗਰ ਆਪਾਂ ਸ਼ੂਟਰ ਫਿਲਮ ਦੀ ਗੱਲ ਕਰੀਏ ਤਾਂ ਗੈਂਗਸਟਰ ਦੀ ਜ਼ਿੰਦਗੀ ਦੇ ਉੱਪਰ ਫਿਲਮ ਬਣ ਰਹੀ ਹੈ ਤਾਂ ਆਬਵੀਅਸ ਹੈ ਉਸ ਦੇ ਵਿੱਚ ਸਭ ਉਹ ਚੀਜ਼ਾਂ ਹੋਣਗੀਆਂ ਹਥਿਆਰਾਂ ਦੀ ਗੱਲਾਂ ਹੋਣਗੀਆਂ ਜਾਂ ਚੱਕ ਲਾਂਗੇ ਕਰ ਲਾਂਗੇ ਮਾਰ ਲਾਂਗੇ ਇਹੋ ਜਿਹੀਆਂ ਗੱਲਾਂ ਹੋਣਗੀਆਂ ਤੇ ਇੱਕ ਗੈਂਗਸਟਰ ਨੂੰ ਉਸ ਦੇ ਵਿੱਚ ਹੀਰੋ ਦੇ ਰੂਪ ਵਿੱਚ ਦਿਖਾਇਆ ਗਿਆ ਤੇ ਦਿਖਾਇਆ ਜਾਣਾ ਸੀ ਤੇ ਜੇਕਰ ਯੂਥ ਉਸ ਨੂੰ ਦੇਖਦਾ ਹੈ ਯੂਥ ਪਹਿਲਾਂ ਹੀ ਫ੍ਰੀ ਬੈਠਾ ਹੈ ਬੇਰੁਜ਼ਗਾਰ ਹੈ ਉਹ ਚੀਜ਼ਾਂ ਮੈਸੇਜ ਇਹੋ ਜਿਹਾ ਜਾਂਦਾ ਤੇ ਨਹੀਂ ਲੱਗਦਾ ਕਿ ਵਾਕਈ ਉਹ ਜੋ ਯੂਥ ਦੀ ਮਾਨਸਿਕਤਾ ਹੈ ਉਹ ਬਦਲ ਸਕ ਬਦਲਦੀ ਆ ਨਾ ਚੀਜ਼ਾਂ ਦੇ ਨਾਲ ਹਰਜੋਤ ਇਹ ਗਲਤ ਪੌਦਾ ਤਾਂ ਹੀ ਉੱਥੇ ਉਗੂ ਜੇ ਉਹਦੀ ਜ਼ਮੀਨ ਫਟਾਈ ਲਿਆ ਤੇ ਹੈਨਾ ਤੇ ਜੇ ਉੱਥੇ ਉਹ ਜੇ ਜ਼ਮੀਨ ਉਹਦੇ ਉੱਗਣ ਵਾਲੀ ਹੈ ਨਹੀਂ ਤੇ ਉਹ ਜਿੰਨੀ ਵਾਰੀ ਮਰਜੀ ਲਾਉ ਉਗਣਾ ਹੀ ਨਹੀਂ ਬਿਲਕੁਲ ਇਸ ਕਰਕੇ ਜੇ ਇਹੋ ਜਿਹੇ ਵਿਚਾਰ ਪਣਪ ਰਹੇ ਆ ਤੇ ਇਹਦਾ ਮਤਲਬ ਸਾਡਾ ਤਰਾਥਲ ਬੜਾ ਫਟਾਈ ਲਿਆ ਇਹੋ ਜਿਹੇ ਵਿਚਾਰਾਂ ਲਈ ਤੁਸੀਂ ਰੋਕੋਗੇ ਕਿਵੇਂ ਤੁਸੀਂ ਨਸ਼ਿਆਂ ਨੂੰ ਰੋਕਿਆ ਤੇ ਨਸ਼ੇ ਵੱਧ ਗਏ ਹੂੰ ਤੁਸੀਂ ਇਹੋ ਜੀਆਂ ਚੀਜ਼ਾਂ ਦਾ ਬੈਨ ਲਾਉਂਗੇ ਤੇ ਇੱਥੇ ਹੋਰ ਵੱਧ ਜਾਣਗੇ ਬੈਨ ਕੋਈ ਆਪਣੇ ਆਪ ਚ ਹੱਲ ਨਹੀਂ ਹੁੰਦਾ ਪਰ ਇਹ ਸਾਨੂੰ ਤਰਕ ਨੂੰ ਲੱਗਦਾ ਤੁਸੀਂ ਆਪ ਹੀ ਉਹ ਗੱਲ ਕਹਿਤੀ ਹੈ ਜੀ ਕਿ ਕਿਉਂਕਿ ਲੱਖਾਂ ਦੀ ਗਿਣਤੀ ਚ ਉਹਨਾਂ ਨੂੰ ਵਰਕਸ਼ਪ ਕਰਦੇ ਆ ਜਿਹੜੇ ਆਪਣੇ ਹੀਰੋ ਮੰਨਦੇ ਆ ਉਹਦੇ ਵਰਗਾ ਬਣਨਾ ਚਾਹੁੰਦੇ ਆ ਬੰਦੂਕਾਂ ਖਰੀਦ ਕੇ ਹਵਾਜ ਫੈਰ ਖਾਲੀ ਕਰਕੇ ਮੋਟਰਸਾਈਕਲਾਂ ਦੇ ਪਟਾਕੇ ਪਵਾ ਕੇ ਚੱਲਣਾ ਚਾਹੁੰਦੇ ਆ ਜੋ ਦੱਸਣਾ ਇਹ ਸਾਰੀ ਹਾਲਾਤ ਜਿਹੜੀ ਸਮਾਜਿਕ ਕਾਰਨ ਆ ਜਿਉ ਸਮਾਜਿਕ ਕਾਰਨਾਂ ਨੂੰ ਜਿੱਥੋਂ ਵੀ ਪੈਦਾ ਹੋ ਰਿਹਾ ਸਾਰਾ ਕੁਝ ਉਸ ਨੂੰ ਤੁਸੀਂ ਐਡਰੈਸ ਨਹੀਂ ਕਰੋਗੇ ਤਾਂ ਬੈਨ ਕਰਨ ਨਾਲ ਤੁਸੀਂ ਕਿੰਨਾ ਕ ਬੈਨ ਕਰੋਗੇ ਇੱਕ ਕਰੋਗੇ ਦੋ ਕਰੋਗੇ ਉਹ ਫਿਰ ਅੰਡਰਗਰਾਉਂਡ ਇਹੋ ਜੀਆਂ ਫਿਲਮਾਂ ਬਣ ਕੇ ਸਰਕੂਲੇਟ ਹੋਣ ਲੱਗ ਜਾਣਗੀਆਂ ਫਿਰ ਤੁਸੀਂ ਉਹਦਾ ਕੋ ਕਰੋਗੇ ਜੀ ਬਿਲਕੁਲ ਇੱਥੇ ਇੱਕ ਗੱਲ ਹੋਰ ਕਰਨੀ ਜ਼ਰੂਰ ਬਣਦੀ ਹੈ ਜੋ ਖਬਰ ਸਾਡੇ ਦਰਸ਼ਕਾਂ ਤੱਕ ਪਹੁੰਚਾਣੀ ਜ਼ਰੂਰ ਬਣਦੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਭਾਵੇਂ ਪੰਜਾਬ ਦੇ ਨੌਜਵਾਨਾਂ ਨੂੰ ਹਥਿਆਰਾਂ ਵੱਲ ਉਤਸ਼ਾਹਿਤ ਕਰਨ ਵਾਲੇ ਸੌਂਗਸ ਗਾਣ ਦੇ ਉੱਪਰ ਸਾਫ਼ ਤੌਰ ਤੇ ਪਾਬੰਦੀ ਲਗਾਇਆ ਦਿੱਤੀ ਗਈ ਹੈ باوجود ਇਸ ਦੇ ਇੱਕ ਪ੍ਰੋਗਰਾਮ ਦੇ ਵਿੱਚ ਜੋ ਗਾਇਕ ਸਿੱਧੂ ਮੂਸੇਵਾਲੇ ਨੇ ਹਥਿਆਰਾਂ ਵਾਲੇ ਗਾਣੇ ਗਾਏ ੜਕਾਉ ਗਾਣੇ ਗਾਏ ਤੇ ਬਿਨਾਂ ਕਿਸੇ ਡਰ ਦੇ ਯਾਨੀ ਅਸੀਂ ਇਹ ਕਹਿ ਸਕਦੇ ਹਾਂ ਕਿ ਸਿੰਗਰਸ ਨੂੰ ਗਾਇਕਾਂ ਨੂੰ ਇਹਨਾਂ ਲੋਕਾਂ ਨੂੰ ਕੋਈ ਡਰ ਨਹੀਂ ਹੈ ਕਿ ਜੋ ਹਾਈ ਕੋਰਟ ਵੱਲੋਂ ਹੁਕਮ ਜਾਰੀ ਹੁੰਦੇ ਨੇ ਮੈਂ ਇਹ ਗੱਲ ਕਹਿ ਰਿਹਾ ਨਾ ਕਿ ਜਦ ਤੱਕ ਕਿਸੇ ਚੀਜ਼ ਦੀ ਲੋੜ ਬਣੀ ਰਹੂਗੀ ਤੇ ਉਹਦੀ ਸਪਲਾਈ ਤੇ ਕਿਸੇ ਕਿਸੇ ਦੇ ਨਾਸੇ ਹੋ ਹੀ ਜਾਊਗੀ ਜੀ 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 ਲੋੜ ਨੂੰ ਖਤਮ ਕਰੋ ਤੇ ਮੇਰਾ ਇਹੀ ਹੈ ਕਿ ਜਿਸ ਸਮਾਜ ਦੇ ਵਿੱਚ ਇਹੋ ਜੀ ਲੋੜ ਬਣੀ ਉਹ ਪੈਦਾ ਕਿਉਂ ਹੋਈ ਉਹ ਪੈਦਾ ਤਾਂ ਹੋਈ ਆ ਕੁਝ ਤੇ ਸੱਭਿਆਚਾਰਕ ਲੋੜਾਂ ਹੁੰਦੀਆਂ ਆ ਕੁਝ ਜਿਸ ਤਰ੍ਹਾਂ ਸਾਡੇ ਹੀ ਗਨ ਗਨ ਨੂੰ ਰੱਖਣਾ ਜਾਂ ਸ਼ਵੀ ਨੂੰ ਰੱਖਣਾ ਜਾਂ ਕਿਰਪਾਨ ਨੂੰ ਰੱਖਣਾ ਅਸੀਂ ਸਾਡਾ ਕਲਚਰ ਉਹਨੂੰ ਇਨਕਰੇਜ ਕਰਦਾ ਤੇ ਸ਼ਾਨ ਸਮਝਦਾ ਹੈਗਾ ਇੱਕ ਤੇ ਇਹ ਗੱਲ ਹੈਗੀ ਦੂਸਰਾ ਇਹ ਹੈ ਕਿ ਹੁਣ ਵੇਲੇ ਮੁੰਡੇ ਬੈਠੇ ਆ ਜੇ ਤੁਸੀਂ ਉਹਨਾਂ ਨੂੰ ਵੱਡੇ ਪੱਧਰ ਦੀ এডਿਕੇਸ਼ਨ ਜਿੱਤਣਾ ਉਹ ਕੈਂਬਰੇਜ ਲੈਵਲ ਦੀ ਆਕਸਫੋਰਡ ਲੈਵਲ ਦੀ ਇੱਥੇ ਉਹਦੇ ਸਾਧਨ ਬਣਾਓਗੇ ਇੰਡੀਆ ਦੇ ਵਿੱਚ ਤਾਂ ਉਹ ਉੱਧਰ ਪੜ੍ਹ ਕੇ ਉਹ ਦੁਨੀਆ ਦੇ ਨਾਲ ਜੋੜਨਗੇ ਆਪਣੇ ਆਪ ਨੂੰ ਦੇਖਣਗੇ ਕਿ ਦੁਨੀਆ ਕਿੱਥੇ ਤੱਕ ਪਹੁੰਚ ਗਈ ਹੈ ਤੇ ਅਸੀਂ ਪੰਜਾਬ ਨੂੰ ਜਿਹੜਾ ਆ ਉਸ ਦੁਨੀਆ ਦੇ ਨਾਲ ਜੋੜ ਕੇ ਤੇ ਕਿਵੇਂ ਲੈ ਜਾਣਾ ਇੱਕ ਨਵਾਂ ਵਿਜ਼ਨ ਉਹ ਪੈਦਾ ਕਰਨਗੇ ਪਰ ਜੇ ਉਹਨਾਂ ਨੇ ਅਸੀਂ ਉਹਨਾਂ ਨੂੰ ਵੇਲੜੀ ਛੱਡ ਦੇਣਾ ਐ ਐਵੇਂ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਉਹਨਾਂ ਦੀ ਖਾਲੇ ਲਵਾਉਣ ਲਈ ਜਿਹੜੇ ਇੱਥੇ ਚਾਰ ਪੈਸੇ ਜਿੰਨਾ ਕੋ ਹੈਗੇ ਉਹ ਬਾਹਰ ਚਲੇ ਜਾਣਗੇ ਬਾਕੀ ਦੇ ਇੱਥੇ ਬੈਠੇ ਸਿੱਧੂ ਮੂਸੇਵਾਲ ਦੇ ਗਾਣੇ ਸੁਣੀ ਜਾਣਗੇ ਜਾਂ ਉਹਨੂੰ ਆਪਣਾ ਹੀਰੋ ਮੰਨਣਗੇ ਉਹ ਘੱਟੋ ਘੱਟ ਜਿਹੜੇ ਰਾਜਨੀਤਿਕ ਲੋਕ ਆ ਜਿਹੜੇ ਕਿ ਅਸਲ ਵਿੱਚ ਉਹਨਾਂ ਦੇ ਹੀਰੋ ਹੋਣੇ ਚਾਹੀਦੇ ਆ ਉਹ ਬਿਲਕੁਲ ਨਹੀਂ ਹੀਰੋ ਬਣ ਗਏ ਕਿਉਂਕਿ ਰਾਜਨੀਤਿਕ ਲੋਕਾਂ ਨੂੰ ਜਿੰਨੀ ਲੋਕ ਨਫ਼ਰਤ ਕਰਦੇ ਆ ਇੱਕ ਲੈਵਲ ਦੇ ਉੱਤੇ ਕਿ ਉਹਨਾਂ ਤੋਂ ਹਾਲਾਂਕਿ ਨਾਲ ਵੀ ਜਾਣਾ ਚਾਹੁੰਦੇ ਕਿਉਂਕਿ ਸੱਤਾ ਸਾਰੀ ਉਹਨਾਂ ਕੋਲ ਹੈ ਸਾਰੇ ਕੰਮ ਉਹਨਾਂ ਕੋਲ ਹੁੰਦੇ ਆ ਪਰ ਦੂਜੇ ਪੱਧਰ ਤੇ ਉਹ ਜੇ ਅੰਦਰੋਂ ਦਿਲੋਂ ਕੋਈ ਇੱਜ਼ਤ ਵਾਲੀ ਕੋਈ ਵੀ ਰਾਜਨੀਤਿਕ ਲੋਕਾਂ ਨੂੰ ਨਹੀਂ ਕਰਦਾ ਉਹ ਉਹਨਾਂ ਦੇ ਆਈਡੀਅਲ ਨਹੀਂ ਹੋ ਸਕਦੇ ਉਹ ਉਹਨਾਂ ਦੇ ਹੈਨਾ ਮਾਰਗਦਰਸ਼ਕ ਨਹੀਂ ਹੋ ਸਕਦੇ ਇਸ ਕਰਕੇ ਇਹ ਜਿਹੜਾ ਗੈਪ ਬਣ ਗਿਆ ਇਸ ਨੂੰ ਸਾਡੇ ਪੋਲੀਟੀਸ਼ੀਅਨਾਂ ਨੂੰ ਔਰ ਸਾਡੇ ਜਿਹੜੇ ਹੋਰ ਸਮਾਜ ਸੇਵੀ ਆ ਜਾਂ ਸਾਡੇ ਇੰਟੈਲੈਕਚੁਅਲਸ ਨੂੰ ਸੋਚਣਾ ਚਾਹੀਦਾ ਕਿ ਅਸੀਂ ਆਪਣੇ ਨੌਜਵਾਨ ਨੂੰ ਕਿਵੇਂ ਇਹ ਇਨਾਂ ਹਾਲਾਤਾਂ ਤੋਂ ਬਚਾਉਣਾ ਜਿੱਥੇ ਜੇ ਉਹ ਨਹੀਂ ਤੇ ਜੇ ਇਹ ਗਰਾਊਂਡ ਤਿਆਰ ਰਹੂਗੀ ਕਿ ਦਾ ਸਿੱਧੂ ਮੂਸੇਵਾਲਿਆਂ ਵਰਗੇ ਜਿਹੜੇ ਇਹ ਬੂਟੇ ਆ ਉਹਨਾਂ ਦੇ ਵਿੱਚ ਪਣਪਦੇ ਰਹਿਣ ਸੋ ਜਿਹੜਾ ਜਿਹੜਾ ਯੂਥ ਹੁੰਦਾ ਉਹ ਕੱਚੇ ਘੜੇ ਦੀ ਤਰ੍ਹਾਂ ਹੁੰਦਾ ਜਿਵੇਂ ਉਸ ਨੂੰ ਢਾਲ ਦਿੱਤਾ ਜਾਏ ਉਵੇਂ ਹੀ ਢਲ ਜਾਂਦਾ ਹੈ ਤੇ ਬਹੁਤ ਜ਼ਰੂਰੀ ਹੈ ਕਿ ਸਾਡੇ ਨੌਜਵਾਨਾਂ ਦੇ ਲਈ ਇੱਕ ਸਹੀ ਰਾਹ ਖੋਲਿਆ ਜਾਵੇ ਉਹਨਾਂ ਲਈ ਸਹੀ ਸੋਚ ਉਸਾਰੂ ਸੋਚ ਬਣਾਉਣ ਦੇ ਰਸਤੇ ਬਣਾਏ ਜਾਣ ਤਾਂ ਕਿ ਸਾਡਾ ਜੋ ਯੂਥ ਹੈ ਇੱਕ ਮਜ਼ਬੂਤ ਸਮਾਜ ਬਣ ਸਕੇ ਅੱਗੇ ਵਧ ਕੇ ਤੇ ਦੇਸ਼ ਨੂੰ ਸਮਾਜ ਨੂੰ ਰਾਜਾ ਨੂੰ ਇੱਕ ਵਧੀਆ ਵਿਕਾਸ ਕਾਰਜਾਂ ਵਿੱਚ ਅੱਗੇ ਵਧਦਾ ਸਾਡਾ ਨੌਜਵਾਨ ਦਿਖੇ بجائے ਕਿ ਅਸੀਂ ਇਹ ਦੇਖੀਏ ਕਿ ਜੋ ਸਾਡਾ ਨੌਜਵਾਨ ਹੈ ਜਿਹੇ ਗਾਣਿਆਂ ਦੇ ਵਿੱਚ ਜਾਂ ਜੀਆਂ ਫਿਲਮਾਂ ਵਿੱਚ ਜਾਂ ਜਿਹੇ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਕਰ ਰਿਹਾ ਹੈ ਤੇ ਜ਼ਰੂਰੀ ਕਿ ਚੰਗੇ ਕਾਰਜਾਂ ਵਿੱਚ ਉਹਨਾਂ ਨੂੰ ਲਗਾਉਣ ਲਈ ਇੱਕ ਚੰਗਾ ਰਾਹ ਜ਼ਰੂਰ ਦਿਖਾਇਆ ਜਾਵੇ ਤੇ ਫਿਲਹਾਲ ਅੱਜ ਖਬਰਾਂ ਦੀ ਖਬਰ ਤੁਹਾਡੇ ਤੱਕ ਪੇਸ਼ ਕੀਤੀ ਤੇ ਪ੍ਰੋਫੈਸਰ ਸਾਹਿਬ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਕਿ ਤੁਸੀਂ ਆਏ ਸਾਡੇ ਦਰਸ਼ਕਾਂ ਨੂੰ ਹਰ ਖਬਰ ਦੀ ਅਸਲੀ ਖਬਰ ਜੋ ਅਸੀਂ ਦਿੱਲੀ ਵਿੱਚ ਤੀਜੀ ਵਾਰ ਕੇਜਰੀਵਾਲ ਸਰਕਾਰ ਗਈ ਹੈ ਉਸ ਉੱਪਰ ਚਰਚਾ ਕੀਤੀ ਬਾਕੀ ਪਾਰਟੀਆਂ ਕਿਉਂ ਹਾਰ ਗਈਆਂ ਉਹਨਾਂ ਉੱਪਰ ਚਰਚਾ ਕੀਤੀ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਬਿਲਕੁਲ ਹਰਜੋਤ ਜਿਹੜੀ ਅੱਜ ਡਿਸਕਸ਼ਨ ਹੈ ਉਹ ਇਸ ਲਈ ਇੱਕ ਬੜੀ ਲੈਂਡਮਾਰਕ ਇੰਡੀਅਨ ਰਾਜਨੀਤੀ ਦੇ ਵਿੱਚ ਹੈਗੀ ਹੈ ਕਿ ਉਹਨੇ ਉਸ ਚੀਜ਼ ਨੂੰ ਉਸ ਰਥ ਨੂੰ ਜਿਹੜਾ ਕਿ ਇੱਕ ਵਾਇਲੈਂਸ ਦਾ ਰਥ ਵਿਚੋਂ ਚੱਲ ਕੇ ਸਾਰੇ ਦੇਸ਼ ਵਿੱਚ ਫੈਲਣ ਨੂੰ ਤਿਆਰ ਸੀਗਾ ਉਸ ਨੂੰ ਇੱਕ ਵਾਰੀ ਕੇਜਰੀਵਾਲ ਦੇ ਐਫਰਟਸ ਨਾਲ ਦਿੱਲੀ ਦੇ ਲੋਕਾਂ ਦੇ ਐਫਰਟ ਨਾਲ ਰੋਕ ਦਿੱਤਾ ਗਿਆ ਹੂੰ 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 ਬਿਲਕੁਲ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਤੇ ਸਾਡੇ ਸਰੋਤਿਆਂ ਦਾ ਵੀ ਜੀ ਜਿਨਾਲੀ ਹੁਣ ਮੈਨੂੰ ਯਾਨੀ ਕਿ ਹਰਜੋਤ ਕਰਨੇ ਵੀ ਦੋ ਇਜਾਜ਼ਤ ਧੰਨਵਾਦ